ਨੰਦੇਸਤ ਸ੍ਰੀ ਅਲਿਸਾ ਰਹਿੰਦੇ ਸਵਾਗਤ ਹੈ ਤੁਹਾਡਾ ਪੰਜਾਬ ਵੱਡਾ 247 ਤੇ ਮੇਰਾ ਨਾਮ ਹੈ ਗਗਨਦੀਪ ਤੇ ਅੱਜ ਤਰੀਕ ਹੋ ਜਾਂਦੀ ਹੈ ਕਿਹੜੀ ਹੈ ਤਰੀਕਾ 15 ਜਨਵਰੀ ਤਰੀਕ ਹੋ ਜਾਂਦੀ ਹੈ ਤਾਂ ਜੀ ਅੱਜ ਇੰਪੋਰਟੈਂਟ ਕਲਾਸ ਹੈ ਮੈਂ ਸਪੈਸ਼ਲ ਕਲਾਸ ਲਈ ਹੈ ਮੈਂ ਕਭੀ ਪੰਜਾਬ ਦੀ ਰਾਮਸਰ ਸਾਈਟਸ ਮੈਂ ਤੁਹਾਡੇ ਨਾਲ ਇੱਕ ਵਾਰ ਪਹਿਲਾ ਵਾਦਾ ਕੀਤਾ ਸੀ ਮੈਂ ਕਰਾਉਂਗੇ ਕਰਾਉਂਗੇ ਉਹ ਬਹੁਤ ਜ਼ਿਆਦਾ ਡਿਲੇ ਹੋ ਗਿਆ ਉਹ ਬਟ ਚਲੋ देर आए दुरुਸਾਏ ਤਾਂ ਜੀ ਅੱਜ ਆਪਾਂ ਕਰਨ ਜਾ ਰਹੇ ਹਾਂ ਰਾਮਸਰ ਸਾਈਟਸ ਪੰਜਾਬ ਦੀ ਸਪੈਸ਼ਲੀ ਕਰ ਕੀਤੀਆਂ ਨੇ 6 ਸਾਈਟਾਂ ਜਿਹੜੀ ਪੰਜਾਬ ਦੀਆਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਤਾਂ ਜੀ ਉਹਦੇ ਬਾਰੇ ਆਪਾਂ ਕਰਦੇ ਆਂ ਗੱਲ ਇੱਕ ਵਾਰ ਸੈਸ਼ਨ ਨੂੰ ਛੋਟਾ ਤੇ ਪਹਿਲਾਂ ਕਰ ਦੋ ਸ਼ੇਅਰ ਤੇ ਜਿਹੜੇ ਜਿਹੜੇ ਜੁੜ ਚੁੱਕੇ ਨੇ ਮੇਰੇ ਨਾਲ ਉਹ ਕਰ ਦੋ ਇੱਕ ਵਾਰ ਲਾਈਕ ਕਰ ਦੋ ਸੈਸ਼ਨ ਨੂੰ ਬਹੁਤ ਇੰਪੋਰਟੈਂਟ ਕਲਾਸ ਹੁੰਦਾ ਹੈ ਸਪੈਸ਼ਲ ਕਲਾਸ ਲਿਖੀ ਹੈ ਮੈਂ ਕਿਉਂਕਿ ਮੈਂ ਦੇਖਿਆ ਪੂਰੇ YouTube ਤੇ ਕਿਸੇ ਨੇ ਵੀ ਰਾਮ ਸਰ ਸਾਈਟਸ ਆਫ ਪੰਜਾਬ ਪਰਟੀਕুলਰਲੀ ਕਿਸੇ ਨੇ ਨਹੀਂ ਕਰਾਈ ਤਾਂ ਜੀ ਅੱਜ ਦੀ ਕਲਾਸ ਇਹ ਥਿਊਰੀ ਵਾਲੀ ਕਲਾਸ ਹੋਗੀ ਤੁਹਾਨੂੰ ਕਿਉਂਕਿ ਜਾਨਣਾ ਜ਼ਰੂਰੀ ਹੋ ਜਾਊਗਾ ਕੋਈ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤੁਸੀਂ ਪੀਪੀਐਸਸੀ ਦੀ ਹੋਵੇ ਭਾਵੇਂ ਪੁਲਿਸ ਵਾਲੀ ਹੋਵੇ ਭਾਵੇਂ ਕੋਈ ਵੀ ਕਲਰਕ ਦੇ ਲੈਵਲ ਦੀ ਪੇਪਰ ਦੀ ਤਿਆਰੀ ਹੋਵੇ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਹ ਕਲਾਸ ਤੇ ਤੁਹਾਡੇ ਲਈ ਇੱਕ ਹੋਰ ਖੁਸ਼ਖਬਰੀ ਹੈ ਕਿ ਜੀ ਪੀਪੀਐਸਸੀ ਲਈ ਇੱਕ ਸਪੈਸ਼ਲ ਸਿਰਫ ਕਰੰਟ ਅਫੇਅਰ ਦਾ ਬੈਚ ਆ ਰਿਹਾ ਹੈ ਸਿਰਫ ਕਰੰਟ ਅਫੇਅਰਸ ਹੋਗਾ ਜਿਹਦੇ ਵਿੱਚ ਮਤਲਬ ਕਈ ਬੱਚੇ ਹੁੰਦੇ ਵੀ ਅਸੀਂ ਸਰ ਹਿਸਟਰੀ ਆਪਾਂ ਕਰ ਲੈਣੀ ਆਪਾਂ ਜੀਓਗ੍ਰਾਫੀ ਆਪਾਂ ਕਰ ਲਾਂਗੇ ਆਪਾਂ ਰੀਜ਼ਨਿੰਗ ਵਾਸਤੇ ਸਾਨੂੰ ਨਹੀਂ ਚਾਹੀਦਾ ਵੀ ਹੁੰਦਾ ਨਾ ਵੀ ਇੱਧਰ ਉੱਧਰੋਂ ਤੁਸੀਂ ਕਰ ਰਹੇ ਹੁੰਦੇ ਹੋ ਕਰੰਟ ਅਫੇਅਰ ਜਿਹੜਾ ਕੋਈ ਪੜ੍ਹਨਾ ਚਾਹੁੰਦਾ ਤਾਂ ਜੀ ਮੈਂ ਕਰਾਉਂਗਾ ਉਹ ਤਿੰਨ ਹਫ਼ਤੇ ਦਾ ਯਾਨੀ ਕਿ 15 ਦਿਨ 16 18 ਦਿਨ ਹੋ ਜਾਊਗਾ ਤਿੰਨ ਹਫ਼ਤੇ ਤਾਂ ਜੀ 18 ਦਿਨਾਂ ਦਾ ਬੈਚ ਹੋਊਗਾ ਉਹ ਇੱਕ ਦੋ ਦਿਨ ਚ ਉਹ ਸਟੋਰ ਤੇ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਤਾਂ ਜੀ ਉਹਦੇ ਅੰਦਰ ਸਿਰਫ ਕਰੰਟ ਅਫੇਅਰ ਹੋਊਗਾ ਜਿਹੜਾ ਜਿਹੜਾ ਕਰੰਟ ਅਫੇਅਰ ਕਰਨਾ ਚਾਹੁੰਦਾ ਹੋਵੇ ਉਹਦੇ ਤੇ ਬਾਕੀ ਜਿਨੇ ਆਬਵੀਅਸਲੀ ਜਿਨੇ ਪੂਰਾ ਪੂਰਾ ਪੀਪੀਐਸਸੀ ਕੋ ਜਿਨ੍ਹਾਂ ਜਿਹਨੇ ਇਕੱਲਾ ਕੱਲਾ ਜਿਨੇ ਹੁੰਦੇ ਨੇ ਕਈ ਕਹਿੰਦੇ ਵੀ ਸਰਕਰੈਂਟ ਅਫੇਅਰ ਕਰਨਾ ਆਪਾਂ ਕੱਲਾ ਰਿਵੀਜ਼ਨ ਹੋਊਗੀ ਉਹਦੀ ਪੂਰੇ ਪਿਛਲੇ ਜੂਨ ਜੁਲਾਈ ਤੋਂ ਲੈ ਕੇ ਹੁਣ ਪੂਰੀ ਜਨਵਰੀ ਤੱਕ ਤੁਹਾਡੀ ਰਿਵੀਜ਼ਨ ਸਿਰੇ ਦੀ ਆਪਾਂ ਕਰਾ ਦੇਣੀ ਠੀਕ ਹੈ ਜੀ ਫਿਰ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਤਾਂ ਜੀ ਪਹਿਲਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਰਾਮਸਰ ਕਨਵੈਨਸ਼ਨ ਹੁੰਦਾ ਕੀ ਹੈ ਤਾਂ ਜੀ ਵਾਟ ਇਜ਼ ਰਾਮਸਰ ਕਨਵੈਨਸ਼ਨ ਰਾਮਸਰ ਸੰਮੇਲਨ ਕੀ ਹੈ ਤਾਂ ਰਾਮਸਰ ਕਨਵੈਨਸ਼ਨ ਔਨ ਵੈਟਲੈਂਡ ਇਜ਼ ਐਨ ਇੰਟਰ ਗਵਰਨਮੈਂਟਲ ਟਰੀਟੀ ਵਿਚ ਪ੍ਰੋਵਾਈਡਸ ਦਾ ਫਰੇਮਵਰਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਐਂਡ ਨੈਸ਼ਨਲ ਐਕਸ਼ਨ ਫਾਰ ਕਨਜ਼ਰਵੇਸ਼ਨ ਐਂਡ ਠੇਰ ਵਾਈਜ਼ ਯੂਜ਼ ਆਫ ਵੈਟਲੈਂਡ ਐਂਡ ਠੇਰ ਰਿਸੋਰਸਸ ਬਾਈ ਮੈਂਬਰ ਨੇਸ਼ਨ ਪੰਜਾਬੀ ਚ ਪੜਾਂਗੇ ਸਿੱਧਾ ਸਿੱਧਾ ਹੀ ਸਮਝ ਆ ਜਾਣਾ ਤਾਂ ਦੀ ਵੈਟਲੈਂਡ ਤੇ ਰਾਮਸਰ ਕਨਵੈਨਸ਼ਨ ਇੱਕ ਅੰਤਰ ਸਰਕਾਰੀ ਸੰਧੀ ਹੈ ਓਬਵੀਅਸਲੀ ਅਡਾਟ ਕੰਟਰੀਜ਼ ਵਿੱਚ ਜੋ ਮੈਂਬਰਾਂ ਦੇਸ਼ਾਂ ਦੁਆਰਾ ਜਲਗਾਹਾਂ ਅਤੇ ਉਹਨਾਂ ਦੇ ਸਰੋਤਾਂ ਦੀ ਸੰਭਾਲ ਅਤੇ ਸਮਝਦਾਰੀ ਨਾਲ ਵਰਤੋਂ ਲਈ ਸਸਟੇਨੇਬਲ ਯੂਜ਼ ਲਈ ਹੈ ਉਹਨਾਂ ਦੀ ਕੇਅਰ ਲਈ ਹੈ ਉਹਨਾਂ ਦੀ ਸਮਝਦਾਰੀ ਨਾਲ ਵਰਤੋਂ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਰਾਸ਼ਟਰੀ ਕਾਰਵਾਈ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਇੱਕ ਫਰੇਮਵਰਕ ਜਿਹਾ ਦੇ ਦਿੰਦਾ ਹੈ ਵੀ ਤੁਸੀਂ ਕਿਸ ਤਰ੍ਹਾਂ ਨਾਲ ਆਪਣੇ ਜਿਹੜੇ ਵੈਟਲੈਂਡ ਨੇ ਉਹਨਾਂ ਨੂੰ ਤੁਸੀਂ ਬਚਾ ਸਕਦੇ ਹੋ ਉਹਨਾਂ ਦਾ ਛਾਜ ਨਾਲ ਕਿਦਾਂ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਇਹ ਜਿਹੜੀ ਟ੍ਰੀਟੀ ਹੈ ਕਹਿੰਦੇ ਰਾਮਸਰ ਕਿਉਂ ਕਹਿੰਦੇ ਨੇ ਰਾਮਸਰ ਕੀ ਹੈ ਰਾਮਸਰੀ ਇੱਕ ਜਿਦਾ ਚੰਡੀਗੜ੍ਹ ਨਾ ਹੋਵੇ ਬਠਿੰਡਾ ਨਾ ਹੋਵੇ ਉਦਾਂ ਹੀ ਰਾਮਸਰ ਇੱਕ ਥਾਂ ਦਾ ਨਾਮ ਹੋ ਗਿਆ ਜਗ੍ਹਾ ਦਾ ਨਾਮ ਹੋ ਗਿਆ ਕਿੱਥੇ ਹੈ ਇਹ ਈਰਾਨ ਵਿੱਚ ਹੈ ਤਾਂ ਜੀ 1971 ਵਿੱਚ ਇੱਕ ਹੋਇਆ ਸੀ ਉਹ ਤੇ ਕਨਵੈਨਸ਼ਨ ਔਨ ਵੈਟਲੈਂਡਸ ਹੋਇਆ ਸੀ ਹੋਇਆ ਕਿੱਥੇ ਸੀ ਰਾਮਸਰ ਵਿੱਚ ਹੋਇਆ ਸੀ ਬਸ ਤਾਂ ਹੀ ਇਹਨੂੰ ਕਹਿਣ ਲੱਗੇ ਰਾਮਸਰ ਕਨਵੈਨਸ਼ਨ ਵੈਸੇ ਤਾਂ ਇਹਦਾ ਬਣਦਾ ਸੀ ਵੀ ਕਨਵੈਨਸ਼ਨ ਔਨ ਵੈਟਲੈਂਡ ਬਟ ਇਹਨੂੰ ਕਹਿਣ ਲੱਗੇ ਹੋਣ ਤੋਂ ਬਾਅਦ ਰਾਮਸਰ ਕਨਵੈਨਸ਼ਨ ਹੀ ਨਾਮ ਪੈ ਗਿਆ ਤਾਂ ਰਾਮਸਰ ਕਨਵੈਨਸ਼ਨ ਤੋਂ ਜਾਣਣ ਲੱਗੇ ਇਹ ਬੇਸਿਕ ਜੀ ਗੱਲ ਪਹਿਲਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਸੀ ਇਹ ਜਿਹੜੀ ਕਾਨਫਰੰਸ ਕਦੋਂ ਹੋਈ ਸੀ ਇਹ ਹੋਈ ਸੀ ਕਾਨਫਰੰਸ 2 ਫਰਵਰੀ 1971 ਨੂੰ ਰਾਮਸ੍ਰੀ ਰਾਨ ਵਿੱਚ ਉਹੀ ਗੱਲ ਕਹੀ ਆਪਾਂ ਤਾਂ ਦ ਕੰਟਰੀਜ਼ ਇਨਵੋਲਡ ਇਨ ਥਿਸ ਸਾਈਨਡ ਐਂਡ ਐਗਰੀਮੈਂਟ ਰਿਲੇਟਡ ਟੂ ਪ੍ਰੋਟੈਕਸ਼ਨ ਆਫ ਵੈਟਲੈਂਡ ਐਂਡ ਇਟ ਕੇਮ ਇਨਟੂ ਇਫੈਕਟ 4 ਸਾਲਾਂ ਬਾਅਦ ਡਿਸੰਬਰ 21 1975 ਕਿਉਂਕਿ ਦੇਖੋ ਕਨਵੈਨਸ਼ਨ ਹੋ ਗਈ ਉਹ ਤੋਂ ਬਾਅਦ ਦੂਜੀਆਂ ਜਿਹੜੀ ਕੰਟਰੀ ਨਹੀਂ ਆਈ ਸੀ ਜਾਂ ਫਿਰ ਕਈ ਕੰਟਰੀ ਨੂੰ ਥੋੜਾ ਸੋਚਣਾ ਪਿਆ ਵੀ ਕਿਹੜੇ ਕਿਹੜੇ ਦੇ ਅੰਦਰ ਪੁਆਇੰਟਸ ਨੇ ਅਸੀਂ ਐਗਰੀ ਕਰੀਏ ਜਾਂ ਨਾ ਕਰੀਏ ਉਹਦੇ ਲਈ 4 ਸਾਲ ਲੱਗੇ ਇਹਨਾਂ ਨੂੰ ਤਾਂ ਜੇ 21 ਦਸੰਬਰ 1975 ਨੂੰ ਇਹ ਇਨਫੋਰਸਾਈ ਵੈਸੇ ਸਾਈਨ ਕਦੋਂ ਹੋ ਗਿਆ ਸੀ 2 ਫਰਵਰੀ 1971 ਨੂੰ ਇਹ ਸਾਈਨ ਹੋ ਗਿਆ ਸੀ ਹੁਣੇ ਬਸ ਆਉਣ ਵਾਲੀ ਹੈ ਇਹਦੀ ਐਨੀਵਰਸਰੀ ਵੀ ਤੇ 21 ਦਸੰਬਰ 1975 ਨੂੰ ਇਹ ਲਾਗੂ ਹੋਈ ਇੱਕ ਐਮ ਇੰਟੂ ਇਫੈਕਟ ਆ ਠੀਕ ਹੈ ਜੀ ਚੰਡੀਗੜ੍ਹ ਪੁਲਿਸ ਦੀਆਂ ਦੀਪਿਕਾ ਰਾਣੀ ਜਦੋਂ ਵੀ ਆਣਗੇ ਟੈਨਸ਼ਨ ਉਹਦੀ ਨਹੀਂ ਲੈਣੀ ਤੁਸੀਂ ਟੈਨਸ਼ਨ ਲੈਣੀ ਕਿ ਤੁਹਾਡੀ ਤਿਆਰੀ ਹੈ ਕਿ ਨਹੀਂ ਮੈਨੂੰ ਇਹ ਦੱਸੋ ਤੁਹਾਡੀ ਤਿਆਰੀ ਹੈ ਜੇ ਕੱਲ ਜੇ ਅਗਲੇ ਹਫਤੇ ਪੇਪਰ ਹੋ ਜਾਵੇ ਮਹੀਨੇ ਬਾਅਦ ਪੇਪਰ ਹੋ ਜਾਵੇ ਤੁਹਾਡੀ ਤਿਆਰੀ ਹੈ ਜੇ ਹੈ ਫਿਰ ਦਾ ਤੁਹਾਡਾ ਸਵਾਲ ਪੁੱਛਣਾ ਬਣਦਾ ਹੈ ਬਾਕੀ ਜੇ ਨਹੀਂ ਹੈ ਤਿਆਰੀ ਕਰਨੀ ਹੈ ਦੱਬ ਕੇ ਅਕੋਰਡਿੰਗ ਟੂ ਦਾ ਰਾਮਸਰ ਕਨਵੈਨਸ਼ਨ ਅ ਵੈਟਲੈਂਡ ਇਜ਼ ਅ ਪਲੇਸ ਥੈਟ ਇਜ਼ ਫੁੱਲ ਆਫ ਵਾਟਰ ਫਾਰ ਏਟਲੀਸਟ 8 ਮੰਥਸ ਇਨ ਅ ਈਅਰ ਐਂਡ ਇਜ਼ ਹੋਮ ਟੂ ਮੋਰ ਥੈਨ 200 ਸਪੀਸੀਜ਼ ਆਫ ਬर्ड ਤਾਂ ਜੀ ਰਾਮਸਰ ਕਨਵੈਨਸ਼ਨ ਦੇ ਅਨੁਸਾਰ ਇੱਕ ਵੈਟਲੈਂਡ ਇੱਕ ਅਜਿਹੀ ਜਗ੍ਹਾ ਹੈ ਜੋ ਸਾਲ ਵਿੱਚ ਘੱਟੋ-ਘੱਟ 8 ਮਹੀਨੇ ਪਾਣੀ ਨਾਲ ਭਰੀ ਰਹਿੰਦੀ ਹੈ 8 ਮਹੀਨੇ ਵੈਟਲੈਂਡ ਵੈਟ ਤੋਂ ਮਤਲਬ ਭਿੱਗਿਆ ਭਿਜਿਆ ਹੋ ਹੁੰਦਾ ਅਤੇ ਪੰਛੀਆਂ ਦੀ 200 ਤੋਂ ਵੱਧ ਕਿਸਮਾਂ ਦਾ ਘਰ ਹੈ ਜਿੱਥੇ 200 ਤੋਂ ਵੱਧ ਕਿਸਮਾਂ ਪੰਛੀਆਂ ਦੀ ਪਾਈ ਜਾਂਦੀਆਂ ਨੇ ਆਫੀਸ਼ੀਅਲ ਡੈਫੀਨੇਸ਼ਨ ਹੋ ਜਾਂਦੀ ਹੈ ਇਹ ਕਿ ਦੀ ਵੈਟਲੈਂਡ ਦੀ ਇੱਕ ਵਾਰ ਯਾਰ ਛੋਟਾ ਦਾ ਸੈਸ਼ਨ ਨੂੰ ਸ਼ੇਅਰ ਕਰ ਦੋ ਬਹੁਤ ਇੰਪੋਰਟੈਂਟ ਸੈਸ਼ਨ ਹੋਣ ਜਾ ਰਹਾ ਹੈ ਇਹ ਸਾਰੇ ਪੰਜਾਬ ਐਗਜ਼ਾਮਸ ਲਈ ਸਾਰੇ ਪੰਜਾਬ ਐਗਜ਼ਾਮਸ ਲਈ ਬਹੁਤ ਹੀ ਇੰਪੋਰਟੈਂਟ ਸੈਸ਼ਨ ਹੈ ਕਿਉਂਕਿ ਹੁਣ ਸਿੱਧੇ ਸਿੱਧੇ ਸਵਾਲ ਪੁੱਛਣੇ ਬੰਦ ਹੋ ਚੁੱਕੇ ਨੇ ਭਾਵੇਂ ਕਲਰਕ ਪੇਪਰ ਹੋਵੇ ਤੁਸੀਂ ਦੇਖ ਲਿਆ ਪੀ ਟਰਪਲ ਐਸ ਪੀ ਕਲਰਕ ਦਾ ਪੇਪਰ ਕਿਹੋ ਜਿਹਾ ਘੁੰਮ ਕੇ ਆਇਆ ਪੀ ਐਸ ਪੀ ਸੀ ਐਲ ਦਾ ਕਿਹੋ ਜਿਹਾ ਹੈ ਤਾਂ ਜੀ ਡਾਇਰੈਕਟ ਕੁਐਸਚਨਾਂ ਨੇ ਬੰਦ ਹੋ ਗਏ ਨੇ ਤਾਂ ਸਾਨੂੰ ਥੋੜਾ ਢੰਗਾਈ ਵਾਲੀ ਗੱਲਾਂ ਵੀ ਪੜ੍ਹਨੀਆਂ ਪੈਣੀਆਂ ਥੋੜੇ ਤੋਂ ਪਹਿਲਾਂ ਸਵਾਲ ਪੁੱਛ ਲੈਂਦੇ ਸੀ ਵੀ ਕਦੋਂ ਹੋਇਆ ਰ ਤਰਤਾ ਟੈਂਸ਼ਨ ਤਾਂ ਇਹ ਯਾਦ ਰੱਖਣਾ ਹੈ ਠੀਕ ਹੈ ਚਲੋ ਅੱਗੇ ਚਲਦੇ ਤਾਂ ਜੀ ਵੈਂਡੇਡ ਇੰਡੀਆ ਸਾਈਨ ਰਾਮਸਰ ਕਨਵੈਨਸ਼ਨ ਤਾਂ ਜੀ ਇੰਡੀਆ ਸਾਈਨ ਰਾਮਸਰ ਕਨਵੈਨਸ਼ਨ ਔਨ 1 ਫਰਵਰੀ 1982 ਮਤਲਬ ਕਿ 6 ਸਾਲਾਂ ਬਾਅਦ 7 ਸਾਲਾਂ ਬਾਅਦ ਆਫਟਰ ਕਮਿੰਗ ਇਨਟੂ ਇਫੈਕਟ 1 ਫਰਵਰੀ 1982 ਨੂੰ ਇੰਡੀਆ ਨੇ ਵੀ ਰਾਮਸਰ ਕਨਵੈਨਸ਼ਨ ਤੇ ਸਾਈਨ ਕਰ ਲਿਆ ਸੀ ਚਲੋ ਤਾਂ ਜੀ ਕਿੰਨੀਆਂ ਰਾਮਸਰ ਸਾਈਟਸ ਨੇ ਇਸ ਟਾਈਮ ਇੰਡੀਆ ਦੀ ਗੱਲ ਹੋ ਰਹੀ ਹੈ ਇੰਡੀਆ ਦੀ ਦੁਨੀਆ ਵਿੱਚ ਤਾਂ ਬਹੁਤ ਨਹੀਂ ਹੁੰਦੇ ਬਾਰੇ ਆਪਾਂ ਉਹਨਾਂ ਦਾ ਧਿਆਨ ਨਹੀਂ ਦੇਣਾ ਇੰਡੀਆ ਦੀ ਗੱਲ ਕਰ ਰਹੇ ਤਾਂ ਜੀ ਇੰਡੀਆ ਵਿੱਚ ਕਿੰਨੀਆਂ ਨੇ ਇੰਡੀਆ ਵਿੱਚ ਨੇ 47 47 ਰਾਮਸਰ ਸਾਈਟਸ ਹੁੰਦੀਆਂ ਨੇ ਤੇ 47 ਹੁਣੇ ਹੁਣੇ ਲੇਟੈਸਟ ਬਣੀ ਹੈ ਉਹ ਬਣੀ ਹੈ ਜੀ ਹੈਦਰਪੁਰ ਵੈਟਲੈਂਡ ਹੈਦਰਪੁਰ ਵੈਟਲੈਂਡ ਇਹਦੇ ਲਈ ਕੀ ਇਹਦੇ ਲਈ ਤੁਹਾਨੂੰ 8 ਵਜੇ ਕਰੰਟ ਅਫੇਅਰ ਵਾਲੀ ਜਿਹੜੀ ਕਲਾਸ ਹੈ ਉਹ ਲਾਣੀ ਬਹੁਤ ਜ਼ਰੂਰੀ ਹੈ ਜਿਹੜੀ 8am ਹੁੰਦੀ ਹੈ ਕਿਉਂਕਿ ਉਹ ਹੀ ਮੈਂ ਬਾਰ ਬਾਰ ਕਹਿੰਨਾ 8 ਮਿੰਟ ਦੀ ਕਲਾਸ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਹੁਣ ਇਹ 4 ਵਜੇ ਵਾਲੀ ਕਲਾਸ ਹੈ ਇਹਦੇ ਵਿੱਚ ਛੋਡੀ ਹੋ ਜਾਂਦੀ ਹੈ ਕਿ ਰਿਵੀਜ਼ਨ ਹੋ ਜਾਂਦੀ ਹੈ ਤਾਂ ਜੀ ਹైదਰਪੁਰ ਵੈਟਲੈਂਡ ਹੈ ਇਹ ਕਿੱਥੇ ਹੈ ਇਹ ਹਸਤੀਨਾਪੁਰ ਵਾਈਲਡ ਲਾਈਫ ਸੈਂਚੂਰੀ ਵਿੱਚ ਹੈ ਹਸਤੀਨਾਪੁਰ ਵਾਈਲਡ ਲਾਈਫ ਸੈਂਚੂਰੀ ਵਿੱਚ ਪੈ ਜਾਂਦੀ ਹੈ ਇਹ ਯੂਪੀ ਵਿੱਚ ਹੈ ਉੱਤਰ ਪ੍ਰਦੇਸ਼ ਦੀ ਗੱਲ ਹੋ ਰਹੀ ਹੈ ਇਹ ਹਸਤੀਨਾਪੁਰ ਵਾਈਲਡ ਲਾਈਫ ਸੈਂਚੂਰੀ ਵਿੱਚ ਹੈ 47 ਜਿਹੜੀ ਵੈਟਲੈਂਡ ਹੋਈ ਹੈ ਹైదਰਪੁਰ ਵੈਟਲੈਂਡ ਇਹ ਗੱਲ ਆਪਾਂ ਧਿਆਨ ਰੱਖਣੀਆਂ ਨੇ ਠੀਕ ਹੈ ਜੀ ਚਲੋ ਤਾਜੀ ਕਿਹੜੀ ਸਟੇਟ ਵਿੱਚ ਸਭ ਤੋਂ ਜ਼ਿਆਦਾ ਵੈਟਲੈਂਡਸ ਨੇ ਉਹ ਵੀ ਉੱਤਰ ਪ੍ਰਦੇਸ਼ ਵਿੱਚ ਹੀ ਹੋ ਜਾਂਦੀਆਂ ਨੇ ਤਾਂ ਉੱਤਰ ਪ੍ਰਦੇਸ਼ ਵਿੱਚ ਨੌ ਨਹੀਂ ਉੱਤਰ ਪ੍ਰਦੇਸ਼ ਵਿੱਚ ਹੋ ਚੁੱਕਿਆ ਨੇ ਹੁਣ 10 ਵੈਟਲੈਂਡਸ ਹੋ ਚੁੱਕਿਆ ਨੇ ਉੱਤਰ ਪ੍ਰਦੇਸ਼ ਵਿੱਚ ਕਿਉਂਕਿ 10ਵੀਂ ਕਿਹੜੀ ਹੋਈ ਹੈ ਇਹ ਹైదਰਪੁਰ ਵੈਟਲੈਂਡ ਤਾਂਜੀ 10 ਵੈਟਲੈਂਡ ਹੋ ਜਾਂਦੀ ਹੈ ਕੱਲੀ ਉੱਤਰ ਪ੍ਰਦੇਸ਼ ਵਿੱਚ ਚੱਕੇ ਫਿਰਦਾ ਕੱਲੀ ਬਟ ਆਪਾਂ ਫੋਕਸ ਕਿੱਤੇ ਕਰਨਾ ਹੈ ਆਪਾਂ ਫੋਕਸ ਕਰਨਾ ਹੈ ਪੰਜਾਬ ਤੇ ਕਿਉਂਕਿ ਪੰਜਾਬ ਤੇ ਪੇਪਰ ਤੇ ਪੰਜਾਬ ਦਾ ਹੀ ਪੁੱਛਿਆ ਜਾਊਗਾ ਜਿਹੜੀ ਪੰਜਾਬ ਜਿਹੜੀ ਤੁਹਾਡੀ ਆਊਗੀ ਪੰਜਾਬ ਜੀਕੇ ਜਿਹੜੀ ਆਊਗੀ ਉਹਦੇ ਵਿੱਚ ਇਹ ਪੁੱਛਿਆ ਜਾਊਗਾ ਤਾਂ ਜੀ ਥਿਉਰੀ ਕਰਾਣੀ ਜ਼ਰੂਰੀ ਹੈ ਕੁਐਸਚਨ ਅਨਸਰ ਤਾਂ ਬਹੁਤ ਦੁਨੀਆ ਕਰਾ ਦਿੰਦੀ ਹੈ ਥਿਉਰੀ ਕਰਾਣ ਤੋਂ ਡਰ ਲੱਗਦਾ ਕਿਉਂ ਕਿਉਂਕਿ ਥਿਉਰੀ ਕਰਾਣੀ ਤੇ ਕਰਨੀ ਪੈਂਦੀ ਹੈ ਮਿਹਨਤ ਲੱਭਣੀ ਪੈਂਦੀ ਹੈ ਚੀਜ਼ਾਂ ਡਾਟਾ ਲੱਭਣਾ ਪੈਂਦਾ ਕਰਾਣਾ ਪੈਂਦਾ ਇਹ ਔਖਾ ਹੁੰਦਾ ਕਿਉਂਕਿ ਦੇਖੋ ਫਿਰ ਥਿਉਰੀ 'ਚ ਹੁੰਦਾ ਕਿ ਬੱਚੇ ਵੀ ਘਟ ਆਉਂਦੇ ਨੇ ਤਾਂ ਸਾਰੇ ਐਂ ਕਰਦੇ ਵੀ ਕੁਐਸਚਨ ਅਨਸ ਬੱਚੇ ਵੀ ਜ਼ਿਆਦਾ ਆਜੋਗੇ ਮਿਹਨਤ ਵੀ ਘੱਟ ਹੋ ਜੂਗੀ ਕਿਉਂਕਿ ਬਦੁਨੀਆ ਪਰ ਦੇ ਕੁਐਸਚਨ ਆਨਲਾਈਨ ਅਵੇਲੇਬਲ ਨੇ ਫ੍ਰੀ ਬਟ ਥਿਉਰੀ ਦੀ ਗੱਲ ਹੈ ਮਿਹਨਤ ਕਰਨੀ ਪੈਣੀ ਹੈ ਲੋਕ ਕਰਦੇ ਨਹੀਂ ਬਟ ਆਪਾਂ ਵੀ ਕਰਨਾ ਆਪਾਂ ਮਿਹਨਤ ਕਰਨੀ ਆਪਾਂ ਪੇਪਰ ਪਾਸ ਕਰਾਉਣਾ ਕੱਲਾ ਐ ਨਹੀਂ ਕਰਨਾ ਵੀ ਤੁਸੀਂ 4-5 ਸਾਲ ਪੰਜਾਬ ਵੱਡਾ 2470 ਪੜੀ ਜਾਓ ਤਾਂ ਜੀ 6 ਨੇ ਇਹ 6 ਤੁਸੀਂ ਯਾਦ ਰੱਖਣੇ ਨੇ ਇਹ ਸਭ ਤੋਂ ਪਹਿਲੀ ਦੇਖ ਸਕਦੇ ਤੁਸੀਂ ਡੇਟਾ ਵੀ ਲਿਖਿਆ ਕਦੋਂ ਕਿਹੜੀ ਡੇਟ ਨੂੰ ਇਹ ਆਫੀਸ਼ੀਅਲ ਹੋਈ ਤਾਂ ਜੀ ਸਭ ਤੋਂ ਪਹਿਲਾ ਵੈਟਲੈਂਡ ਕਿਹੜਾ ਸੀ ਹਰੀਕੇ ਲੇਕ ਸੀ 23 ਮਾਰਚ 1990 ਨੂੰ ਹੋਇਆ ਸੀ 21 ਕਿਲੋਮੀਟਰ ਸਕਰ ਦਾ ਇਹਦਾ ਏਰੀਆ ਹੈ ਕਿ ਇਹ ਹਰੀਕੇ ਲੇਕ ਹੋ ਜਾਂਦੀ ਹੈ ਇਹ ਇਹ ਪੰਜਾਬ ਵਿੱਚ ਹੀ ਹੈ ਓਬਵੀਅਸ ਗੱਲ ਹੈ ਇਹ ਵੀ ਪੰਜਾਬ ਪੰਜਾਬ ਲਿਖਿਆ ਪੰਜਾਬ ਦੀ ਇਹ ਤੇ ਸਭ ਤੋਂ ਲੇਟੈਸਟ ਕਿਹੜੀ ਹੋਈ ਹੈ ਲੇਟੈਸਟ ਹੋਈਆਂ ਨੇ ਇਹ ਦੋ ਇਹ ਤਿੰਨ ਬਲਕਿ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਕੈਸ਼ੋਪੁਰ ਮਿਆਣੀ ਕਮਿਊਨਿਟੀ ਰਿਜ਼ਰਵ ਤੇ ਨੰਗਲ ਸੈਂਚੂਰੀ ਤਾਂ ਇਹ ਤਿੰਨ ਹੋਈਆਂ ਨੇ ਲੇਟੈਸਟ ਬਾਕੀ ਸਭ ਤੋਂ ਪਹਿਲੀ ਹੋਈ ਸੀ ਹਰੀਕੇ ਲੈਕ ਤਾਂ 6 ਨੇ ਨਾ ਯਾਦ ਰੱਖਣੇ ਨੇ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਹਰੀਕੇ ਲੈਕ ਕਾਂਝਲੀ ਲੈਕ केशोपुर मेंणी कम्युनिटी ਦੇ ਤਰ ਨੰਗਲ ਵਾਈਲਡਲਾਈਫ ਸੈਂਚਰੀ ਤੇ ਰੋਪੜ ਲੈ ਥੋੜੇ ਤੋਂ ਪੁੱਛਿਆ ਜਾਵੇ ਵੀ ਸਭ ਤੋਂ ਵੱਡੀ ਕਿਹੜੀ ਹੋ ਜਾਂਦੀ ਹੈ ਸਭ ਤੋਂ ਵੱਡੀ ਹੋ ਜਾਂਦੀ ਹੈ ਜੀ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਕਿਉਂ 64.289 ਕਿਲੋਮੀਟਰ ਸਕਰ ਦਾ ਏਰੀਆ ਹੋ ਜਾਂਦਾ ਸਭ ਤੋਂ ਛੋਟੀ ਕਿਹੜੀ ਹੋ ਜਾਂਦੀ ਹੈ ਸਭ ਤੋਂ ਛੋਟੀ ਹੋ ਜਾਂਦੀ ਹੈ ਜੀ ਨੰਗਲ ਵਾਈਲਡਲਾਈਫ ਸੈਂਚਰੀ 1.16 ਕਿਲੋਮੀਟਰ ਸਕਰ ਦਾ ਏਰੀਆ ਹੋ ਜਾਂਦਾ ਇਹ ਗੱਲਾਂ ਆਪਾਂ ਧਿਆਨ ਚ ਰੱਖਣੀਆਂ ਨੇ ਠੀਕ ਹੈ ਜੀ ਅੱਛਾ ਪੰਜਾਬ ਦਾ ਕਰਾਰ ਤਾਂ ਬੱਚੇ ਹੋਰ ਘਟ ਗਏ ਹੈ ਕਹਿੰਦੇ ਪੰਜਾਬ ਦਾ ਆਪਾਂ ਪੜ੍ਹਨਾ ਨਹੀਂ ਹੁੰਦਾ ਹੈ ਚਲੋ ਕੋਈ ਗੱਲ ਨਹੀਂ ਆਪਾਂ ਦਾ ਕਰਾਣਾ ਬਟ ਪੰਜਾਬੀ ਇਹਨੂੰ ਪੇਪਰ ਤਾਂ ਪਾਸ ਕਰਾਣਾ ਹੈ ਸੀ ਤਾਂ ਜੀ ਇਹ ਗੱਲਾਂ ਧਿਆਨ ਰੱਖਾਂਗੇ ਹੁਣ ਇੱਕ ਇੱਕ ਬਾਰੇ ਪੜਾਂਗੇ ਤਾਂ ਜੀ ਇਹ 2019 ਵਿੱਚ ਹੋਇਆ ਸੀ 2019 ਵਿੱਚ ਹੋਈ ਤੇ ਉਸ ਤੋਂ ਬਾਅਦ ਫਿਰ 2021 ਵਿੱਚ ਤਾਂ ਇੱਕ ਹੀ ਵੈਟਲੈਂਡ ਆਈ ਹੈ ਜਦੋਂ 2019 ਵਿੱਚ ਹੋਈ ਤਾਂ 2019 ਵਿੱਚ ਹੋਰ ਵੀ ਬਹੁਤ ਸਾਰੀਆਂ ਹੋਈਆਂ ਜਿੱਦਾਂ ਪੰਜਾਬ ਵਿੱਚ ਨੰਗਲ ਕੇਸ਼ੂਪੁਰ ਤੇ ਬਿਆਸ ਆਈ ਕੇਸ਼ੂਪੁਰ ਵੈਟਲੈਂਡ ਨੂੰ ਗੁਰਦਾਸਪੁਰ ਬਰਡ ਸੈਂਚਰੀ ਵਿੱਚ ਹੈ ਉੱਤਰ ਪ੍ਰਦੇਸ਼ ਵਿੱਚ ਦੇਖ ਦਿਓ 1 2 3 4 ਪੰਜ 6 ਤਾਂ ਇਕੱਠੇ ਉੱਤਰ ਪ੍ਰਦੇਸ਼ ਵਿੱਚ 2019 ਵਿੱਚ ਆ ਗਈ ਸੀ ਤੇ ਉਸ ਟਾਈਮ ਮਹਾਰਾਸ਼ਟਰ ਵਿੱਚ ਨੰਦੂਰ ਮਧਮੇਸ਼ਵਰ ਬਰਡ ਸੈਂਚਰੀ ਵੀ ਆਈ ਸੀ ਤਾਂ ਇਹ ਗੱਲਾਂ ਵੀ ਅਸੀਂ ਧਿਆਨ ਰੱਖਣੇ ਵੀ ਜਦੋਂ ਪੰਜਾਬ ਵਿੱਚ ਨੰਗਲ ਕੈਸ਼ਵਪੁਰ ਤੇ ਵਿਆਸ ਜਦੋਂ ਐਡ ਹੋਈ ਵੈਟਲੈਂਡ ਵਿੱਚ ਉਦੋਂ ਉੱਤਰ ਪ੍ਰਦੇਸ਼ ਵਿੱਚ 6 ਤੇ ਨਾਲ ਨਾਲ ਮਹਾਰਾਸ਼ਟਰ ਵਿੱਚ ਵੀ ਇੱਕ ਵੈਟਲੈਂਡ ਸੀ ਜਿਹੜੀ 2019 ਵਿੱਚ ਐਡ ਹੋਈ ਦੀਆਂ ਸੀ ਤੇ ਹੁਣ 2021 ਵਿੱਚ ਕਿਹੜੀ ਹੋਈ ਹੈ 2021 ਵਿੱਚ ਸਿਰਫ ਇੱਕ ਹੋਈ ਹੈ ਕਿਹੜੀ ਯੂਪੀ ਵਿੱਚ ਹੋਈ ਹੈ ਕਿਹੜੀ ਹਾਇਦਰਪੁਰ ਵੈਟਲੈਂਡ ਜਿਹੜੀ ਕਿੱਥੇ ਹੈ ਹਸਤਿਨਾਪੁਰ ਵਾਈਲਡ ਲਾਈਫ ਸੈਂਚਰੀ ਵਿੱਚ ਹੈ ਇਹ ਗੱਲ ਆਪਾਂ ਧਿਆਨ ਰੱਖਣੀ ਹੈ। ਐਦਾਂ ਨਹੀਂ ਹੁੰਦਾ ਨੇ ਹਜਿੰਦਲ ਇਲੈਕਸ਼ਨ ਟਾਈਮ ਤੇ ਬਸ ਐ ਹੁੰਦਾ ਇਲੈਕਸ਼ਨ ਟਾਈਮ ਤੇ ਥੋਕ ਨਹੀਂ ਕਹਿੰਦੇ ਆਪਾਂ ਵੀ ਉਹ ਬਲਕ ਵਿੱਚ ਆ ਗਈ ਵੈਕੈਂਸੀ ਐਦਾਂ ਹੁੰਦਾ ਵੈਕੈਂਸੀ ਐ ਦੇਖੋ 5 ਸਾਲ ਚੱਲਦੀਆਂ ਰਹਿੰਦੀਆਂ ਕਿਉਂਕਿ ਦੇਖੋ ਲੋਕ ਤਾਂ ਰਿਟਾਇਰ ਹੁੰਦੇ ਹੀ ਰਹਿੰਦੇ ਨੇ। ਵਕਨ ਇਲੈਕਸ਼ਨ ਟਾਈਮ ਬਸ ਐਦਾਂ ਹੁੰਦਾ ਵੀ ਹੋਣਾ ਤਾਂ ਨਹੀਂ ਚਾਹੀਦਾ ਵੈਸੇ ਬਟ ਹੁੰਦਾ ਹੈ ਹੀ ਵੀ ਬਲਕ ਵਿੱਚ ਵੈਕੈਂਸੀ ਆਉਂਦੇ ਬਟ ਵਾਕਈ ਵੈਕੈਂਸੀਸ ਹਰ ਸਾਰਾ ਸਾਲ ਚੱਲੀ ਰਹਿੰਦੀਆਂ ਨੇ ਥੋੜੇ ਥੋੜੇ ਟਾਈਮ ਬਾਅਦ ਕੋਈ ਨਾ ਕੋਈ ਵੈਕੈਂਸੀ ਨਿਕਲਦੀ ਰਹਿੰਦੀ ਹੈ ਐ ਥੋੜੀ ਹੋ ਗਿਆ ਕਿ 5 ਸਾਲ ਬਾਅਦ ਹੀ ਵੈਕੈਂਸੀ ਆਉਗੀ ਹੁਣ ਜਿੱਦਾਂ ਆਪਾਂ ਗੱਲ ਕਰੀਏ ਜੇ ਜਿੱਤੇ ਪਟਵਾਰੀ ਤੇ ਹੋ ਗਈ ਪਟਵਾਰੀ ਦੀ ਆਬਵੀਅਸਲੀ ਯਾਰ ਬਹੁਤ ਟਾਈਮ ਬਾਅਦ ਆਈ ਹੈ ਬਟ ਪੀਐਸਪੀਸੀਐਲ ਕਲਰਕ ਦੀ ਆ ਚੁੱਕੀ ਹੈ ਪੀਐਸਪੀਸੀਐਲ ਕਲਰਕ ਦੀ ਤਾਂ ਪਹਿਲਾਂ ਵੀ ਆਈ ਸੀ ਪੀ ਟ੍ਰਿਪਲ ਐਸਬੀ ਕਲਰਕ ਦੀ ਵੀ ਹੈ ਟੂ ਬੀ ਵੈਰੀ ਸ਼ੋਰ ਟੂ ਬੀ ਵੈਰੀ ਸੇਫ ਸਾਨੂੰ ਸੈਂਟਰ ਵਾਲੀ ਜੌਬਸ ਦੀ ਅਪਲਾਈ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਦੇਖੋ ਪੰਜਾਬ ਦੇ ਭਰੋਸੇ ਬਹਿ ਕੇ ਉਹੀ ਗੱਲ ਹੈ ਕਿਉਂਕਿ ਪੇਪਰ ਤੁਸੀਂ ਦੇਖਿਆ ਕੈਨਸਲ ਹੋ ਗਏ ਪੋਸਟਪੋਨ ਹੋ ਗਏ ਸਾਨੂੰ ਨਹੀਂ ਪਤਾ ਪੂਰੇ ਹੋਣਗੇ ਨਹੀਂ ਹੋਣਗੇ ਤਾਂ ਸੈਂਟਰ ਦੀ ਜੌਬ ਵੀ ਭਰੋ ਨਾਲ ਨਾਲ ਪੰਜਾਬ ਦਾ ਭਰ ਰਹੇ ਠੀਕ ਹੈ ਸੈਂਟਰ ਵੀ ਨਾਲ ਨਾਲ ਭਰੀ ਜਾਓ ਸਾਡਾ ਘਾਟਾ ਤਾਂ ਹੈ ਹੀ ਨਹੀਂ ਕੁਛ ਸਾਨੂੰ ਤਾਂ ਬਲਕਿ ਪੰਜਾਬ ਜੀ ਕੇ ਪੰਜਾਬੀ ਘੱਟ ਪੜ੍ਹਨੀ ਪੈ ਰਹੀ ਹੈ ਉਹਦੇ ਵਿੱਚ ਕਿਹੜਾ ਹਿੰਦੀ ਆਂਦੀ ਹੈ ਹਿੰਦੀ ਤਾਂ ਮੰਗਦੇ ਨਹੀਂ ਤਾਂ ਜੀ ਇਹ ਤੇ ਗੱਲ ਧਿਆਨ ਰੱਖਣੀ ਹੈ ਤੁਸੀਂ 1 ਮਿੰਟ ਰੁਕੋ ਮੇਰੀ ਆ ਗ੍ਰੀਨ ਸਕਰੀਨ ਫੇਰ ਉਤਰਨ ਲੱਗੀ ਤਾਜੀ ਇਹ ਧਿਆਨ ਰੱਖਣਾ ਵੀ ਬਾਹਰਲੇ ਪੇਪਰ ਵੀ ਭਰਨੇ ਸ਼ੁਰੂ ਕਰਨੇ ਆ ਸਾਨੂੰ ਕੀ ਹੈ ਸਾਡਾ ਤਾਂ ਦੇਖੋ ਤਿਆਰੀ ਹੋਈ ਹੈ ਪੇਪਰ ਚਾਹੁੰਦਾ ਕਿ ਮੈਥ ਰੀਜ਼ਨਿੰਗ ਇੰਗਲਿਸ਼ ਤੇ ਜੀਕੇ ਇਹ ਹੀ ਚਾਰ ਚੀਜ਼ਾਂ ਤਾਂ ਆਂਦੀ ਰਹਿੰਦੀ ਬਾਰ-ਬਾਰ ਘੁੰਮ ਕੇ ਹੈ ਕਿ ਨਹੀਂ ਚਲੋ ਤਾਂ ਜੀ ਇੱਕ-ਇੱਕ ਕਰਕੇ ਹੁਣ ਚਾਜ ਨਾਲ ਪੜਾਂਗੇ ਆਪਾਂ ਤਾਂ ਜੀ ਪਹਿਲਾਂ ਆਂਦੀ ਹੈ ਕੇਸ਼ਵਪੁਰ ਮਿਆਣੀ ਵੈਟਲੈਂਡ ਤਾਂ ਜੀ ਇਟ ਇਜ਼ ਆਲਸੋ ਨੋਨ ਐਸ ਕੇਸ਼ਵਪੁਰ ਮਿਆਣੀ ਕਮਿਊਨਿਟੀ ਰਿਜ਼ਰਵ ਔਰ ਛੰਬ ਕਿਹਾ ਜਾਂਦਾ ਇਹਨੂੰ ਪੰਜਾਬੀ ਵਿੱਚ ਇਜ਼ ਵਨ ਆਫ ਦਾ ਏਸ਼ੀਆਜ਼ ਬਿਗੇਸਟ ਵੈਟਲੈਂਡਸ ਇਟ ਇਜ਼ ਲੋਕੇਟਿਡ ਇਨ ਗੁਰਦਾਸਪੁਰ ਡਿਸਟ੍ਰਿਕਟ ਕਿੱ ਇਨੂੰ ਛੰਬ ਕਿਹਾ ਜਾਂਦਾ ਹੈ ਜਿਹੜੇ ਪੁਆਇੰਟ ਨੇ ਯਾਦ ਕਰਨ ਵਾਲੇ ਛੰਬ ਕਿਹਾ ਜਾਂਦਾ ਹੈ ਕਿੱਥੇ ਆ ਇਹ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਹੈ ਤੇ ਇਟ ਇਜ਼ ਇਨ ਦਾ ਮਿਡਲ ਆਫ ਰਾਵੀ ਐਂਡ ਬਿਆਸ ਰਾਵੀ ਤੇ ਬਿਆਸ ਦੇ ਵਿਚਕਾਰ ਪੈ ਜਾਂਦਾ ਹੈ ਇਹ ਕੇਸ਼ੂਪੁਰ ਮਿਆਣੀ ਵੈਟਲੈਂਡ ਇਟ ਇਜ਼ ਬਿਲੀਵਡ ਦੈਟ ਦਾ ਏਰੀਆ ਮਸਟ ਹੈਵ ਬੀਨ ਅ ਫਲਡ ਪਲੇਨ ਆਫ ਦਾ ਟੂ ਰਿਵਰ ਬੈਰੇਜਿਸ ਐਂਡ ਡੈਮਸ ਟੇਮ देयर ਸਪਾਇਰਲਸ ਨਾਓ ਰੇਨ ਐਂਡ ਗਰਾਉਂਡ ਵਾਟਰ ਫੀਡ ਦਾ ਲੈਂਡ ਇਹ ਕਿਹਾ ਜਾਂਦਾ ਵੀ ਹੋ ਸਕਦਾ ਵੀ ਪਹਿਲਾਂ ਰਾਵੀ ਤੇ ਵਿਆਹ ਦੇ ਕਿਉਂਕਿ ਵਿਚਕਾਰ ਪੈਂਦਾ ਕੀ ਹੋ ਸਕਦਾ ਕਿ ਪੂਰਾ ਹੀ ਇੱਧਰ ਰਾਵੀ ਤੇ ਵਿਆਹ ਇਕੱਠੀ ਹੁੰਦੀ ਹੋਵੇ ਅੱਗੇ ਜਾਂਦੇ ਜਾਂਦੇ ਹੋਇਆ ਜੋ ਵੀ ਹੋਇਆ ਸਾਨੂੰ ਨਹੀਂ ਪਤਾ ਬਟ ਇਹ ਜੀ ਤਿੰਨ ਚੀਜ਼ਾਂ ਇੱਥੇ ਜਾਂ ਧਿਆਨ ਰੱਖਣੀ ਹੈ ਛੰਬ ਕਿਹਾ ਜਾਂਦਾ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਹੈ ਤੇ ਰਾਵੀ ਤੇ ਵਿਆਹ ਨਦੀਆਂ ਦੇ ਵਿਚਕਾਰ ਇਹ ਪੈਂਦਾ ਹੈ ਇਹਦੇ ਬਾਰੇ ਗੱਲ ਕਰਨੀ ਤਾਂ ਨਹੀਂ 850 ਏਕੜ ਮਾਰਸ਼ ਵਾਸ ਹੋਮ ਟੂ ਓਵਰ 25000 ਮਾਈਗਰੇਟਰੀ ਐਂਡ ਨੇਟਿਵ ਬਰਡਸ ਡਿਊਰਿੰਗ ਲਾਸਟ ਵਿంటర్ ਲਾਸਟ ਵਿంటర్ ਦੀ ਗੱਲ ਹੋ ਰਹੀ ਹੈ ਮਤਲਬ ਕਿ ਇਹ ਗੱਲ ਹੋ ਰਹੀ ਹੈ 2018 ਦੀ ਕਿਉਂਕਿ ਜਿਹੜਾ ਮੈਂ ਆਫੀਸ਼ੀਅਲ ਚੱਕਿਆ ਸੀ ਮੈਂ ਜਿਹੜੀ ਜਿੱਥੋਂ ਮੈਂ ਕੇਸ਼ਵਪੁਰ ਮੈਨੂੰ ਵੈਟਲੈਂਡ ਲੇਟੈਸਟ ਹੀ ਬਣਾ ਆਫੀਸ਼ੀਅਲ ਚੱਕਿਆ ਹੈ ਉਦੋਂ ਦੀ ਗੱਲ ਹੈ ਵੀ 2018 ਵਿੱਚ ਕਹਿੰਦੇ 25000 ਮਾਈਗਰੇਟਰੀ ਬਰਡ ਮਾਈਗਰੇਟਰੀ ਸਮਝਦੇ ਹੋ ਤੁਸੀਂ ਬਾਹਰੋਂ ਜਿਹੜੇ ਆਉਂਦੇ ਨੇ ਤੇ ਨੇਟਿਵ ਦਾ ਮਤਲਬ ਕਿ ਇੱਧਰ ਦੇ ਹੀ ਹੋਗੇ ਨੇਟਿਵ ਤਾਂ ਇਹ ਇੰਨੇ ਸਾਰੇ ਕੇਸ਼ਵਪੁਰ ਵੈਟਲੈਂਡ ਦੀ ਫੋਟੋ ਲਈ ਹੋਈ ਆ ਦੇਖ ਸਕਦੇ ਹੋ ਕਿ ਲੁਬਾਣਾ ਟੋਰੈਂਟ ਟ੍ਰੈਵਲਸ ਵੀ ਹੈ ਨੇੜੇ ਤੇ ਨਾਲ ਨਾਲ ਰਾਜੂ ਘਰਿਆਣਾ ਸਟੋਰ ਵੀ ਹੈ ਨੇੜੇ ਤਾਂ ਜੀ ਗੁਰਦਾਸਪੁਰ ਬਰਡ ਸੈਂਚਰੀ ਵਿੱਚ ਪੈਂਦਾ ਹੈ ਕੇਸ਼ਵਪੁਰ ਮਿਆਣਾ ਵੈਟਲੈਂਡ ਕਿੱਥੇ ਪੈਂਦਾ ਹੈ ਗੁਰਦਾਸਪੁਰ ਬਰਡ ਸੈਂਚਰੀ ਵਿੱਚ ਗੁਰਦਾਸਪੁਰ ਬਰਡ ਸੈਂਚਰੀ ਬੀ ਐਸ ਲਿਖਦਾ ਮੈਂ ਇੱਥੇ ਪੈਂਦਾ ਕਿ ਕੀ ਕੇਸ਼ਵਪੁਰ ਮਿਆਣੀ ਵੈਟਲੈਂਡ ਇਹ ਆਪਾਂ ਧਿਆਨ ਰੱਖਣੀਆਂ ਗੱਲਾਂ ਸਰਸ ਵੀ ਦੀ ਵੈਕੈਂਸੀ ਬਾਰੇ ਕੋਈ ਆਈਡੀਆ ਐਸ ਪੀ ਆਈ ਬੈਂਕ ਤੋਂ ਇਲਾਵਾ ਕਿਹੜੀ ਵੈਕੈਂਸੀ ਜਿਹੜੀ ਰੈਗੂਲਰ ਹੈ ਇਹ ਤਾਂ ਆਊਰੀਆ ਹੋ ਗਈ ਅ ਬਰਡ ਸੈਂਸਸ ਹੋਇਆ ਸੀ 2016 ਵਿੱਚ ਇਹ ਕਹਿੰਦੇ ਕਿ ਦ ਨੰਬਰ ਆਫ ਏਵੀਅਨਸ ਆਰ ਨੀਅਰਲੀ 72 ਸਪੀਸੀਜ਼ ਵਿਜ਼ਿਟਿੰਗ ਦ ਵੈਟਲੈਂਡ ਇਜ਼ 25302 ਨੰਬਰ ਆਫ ਪੰ 2015 ਵਿੱਚ 20000 ਸਿਗਨੀਫੀਕੈਂਟਲੀ 6 ਟਾਈਮਸ ਆਫ 2011 ਮਤਲਬ ਕਿ ਬਸ ਇੱਥੇ ਗੱਲਾਂ ਕੀ ਕਹਿ ਰਹੇ ਨੇ ਵੀ ਇੱਥੇ ਜਿਹੜੇ ਮਾਈਗਰੇਟਰੀ ਬਰਡਸ ਨੇ ਕਿਹੜੇ ਮਾਈਗਰੇਟਰੀ ਬਰਡਸ ਨੇ ਉਹ ਬਹੁਤ ਜ਼ਿਆਦਾ ਆਂਦੇ ਨੇ ਵੀ ਪਹਿਲਾਂ ਘੱਟ ਆਂਦੇ ਹੁੰਦੇ ਸੀ ਫਿਰ ਪਤਾ ਨਹੀਂ ਹੋਇਆ ਕੀ ਹੋਣਾ ਵੀ ਮਾਈਗਰੇਟਰੀ ਬਰਡਸ ਬਹੁਤ ਜ਼ਿਆਦਾ ਕੁਆਂਟੀਟਿਵ ਇ ਜਾਣ ਲੱਗੇ ਤਾਂ ਜੀ ਇਹ ਹੀ ਸੀ ਗੱਲਾਂ ਜਿਹੜੀ ਆਪਾਂ ਕੈਸ਼ੋਪੁਰ ਮਿਆਣੀ ਵੈਟਲੈਂਡ ਬਾਰੇ ਯਾਦ ਰੱਖਣੀਆਂ ਸੀ ਕਿਹੜੀ ਕਿਹੜੀ ਇੱਕ ਤਾਂ ਇਹ ਛੰਬ ਕਿਹਾ ਜਾਂਦਾ ਹੈ ਇਹਨੂੰ ਠੀਕ ਹੈ ਜੀ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਜਾਂਦਾ ਹੈ ਤੇ ਰਾਵੀ ਤੇ ਬਿਆਸ ਨਦੀ ਦੇ ਵਿਚਕਾਰ ਪੈਂਦਾ ਹੈ ਤੇ ਬਾਕੀ ਜਿਹੜੀਆਂ ਮੈਂ ਗੱਲਾਂ ਦੱਸੀਆਂ ਪਹਿਲਾਂ ਸਟਾਰਟਿੰਗ ਵਿੱਚ ਕਦੋਂ ਬਣਿਆ ਸੀ ਉਹ ਵੀ ਤੁਸੀਂ ਯਾਦ ਰੱਖਣਾ ਕਿਉਂਕਿ 6 ਨੇ 6 ਦਾ ਤਾਂ ਤੁਹਾਨੂੰ ਸਭ ਕੁਝ ਯਾਦ ਰੱਖਣਾ ਹੀ ਪੈਣਾ ਫਿਰ ਅੱਗੇ ਗੱਲ ਕਰਦੇ ਆਪਾਂ ਬਿਆਸ ਕਨ ਸਰਵੇਸ਼ਨ ਇਜ਼ਰਤ ਦੀ ਆਪਾਂ ਮੈਂ ਬਿਆਸ ਦੀ ਹੀ ਫੋਟੋ ਲਈ ਹੋਈ ਹੈ ਤਾਂ ਜੀ ਬਿਆਸ ਕੰਰਵੇਸ਼ਨ ਰਿਜ਼ਰਵ ਇੱਕ ਹੀ 185 ਕਿਲੋਮੀਟਰ ਦਾ ਸਟ੍ਰੈਚ ਹੈ ਬਿਆਸ ਨਦੀ ਦਾ ਲੋਕੇਟਿਡ ਪ੍ਰਾਇਮਰੀ ਲਿੰਦਾ ਨਾਰਥ-ਵੈਸਟ ਸਟੇਟ ਆਫ ਪੰਜਾਬ ਤਾਂ ਜੀ 185 ਕਿਲੋਮੀਟਰ ਤੁਹਾਨੂੰ ਪਤਾ ਹੈ ਇਹ ਬਿਆਸ ਕਿਤੋਂ ਹਿਮਾਚਲ ਤੋਂ ਨਿਕਲਦੀ ਹੈ ਬਿਆਸ ਕੁੰਡ ਤੋਂ ਨਿਕਲਦੀ ਹੈ ਇਹ ਰੋਤਾਂਗ ਪਾਸ ਤੋਂ ਤਾਂ ਜੀ ਹਿਮਾਚਲ ਤੋਂ ਆਂਦੇ ਨਾਰਥ-ਵੈਸਟ ਤੋਂ ਹੀ ਆਂਦੀ ਹੈ ਸਾਡੇ ਪੰਜਾਬ ਦੇ ਇੱਥੇ ਇਹ ਪੰਜਾਬ ਪੈ ਜਾਂਦਾ ਜੰਮੂ ਕਸ਼ਮੀਰ ਪੈ ਜਾਂਦਾ ਹੈ ਹਿਮਾਚਲ ਪੈ ਜਾਂਦਾ ਤਾਂ ਇੱਥੋਂ ਦੀ ਕਹਿੰਦੇ ਐਂਟਰ ਕਰਦੀ ਹੈ ਬਿਆਸ ਨਦੀ 185 ਕਿਲੋਮੀਟਰ ਦਾ ਕਹਿੰਦੇ ਸਟ੍ਰੈਚ ਹੈ ਇਹ ਤਾਂ ਜੀ ਰਿਵਰ ਮੈਂਡਸ ਡਾਊਨ ਫਰਮ ਦਾ ਹਿਮਾਲੀਅਨ ਫੁੱਟਵੈਲਸ ਟੂ ਦਾ ਹਰੀਕੇ ਹੈਡਵਰਕ ਇੰਡੀਆ ਵਿੱਚ ਐਂਟਰ ਕਰਦੀ ਹੈ ਸੌਰੀ ਪੰਜਾਬ ਵਿੱਚ ਐਂਟਰ ਕਰਦੀ ਹੈ ਹਰੀਕੇ ਵੱਲ ਹਰੀਕੇ ਨੂੰ ਐਂਟਰ ਕਰਦੀ ਹੈ ਇਹ ਪੰਜਾਬ ਵੱਲ ਇਹ ਡਾਇਵਰਟਡ ਇੰਟੂ ਅ ਨੰਬਰ ਆਫ ਚੈਨਲ ਦਾ ਰਿਵਰ ਇਜ਼ ਰੋਟਡ ਵਿਦ ਆਈਲੈਂਡਸ ਐਂਡ ਬਾਰ ਇਹ ਕੁਝ ਨਹੀਂ ਕਰਨਾ ਬਸ ਹਰੀਕੇ ਵਿੱਚ ਐਂਟਰ ਕਰਦੀ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਹੈ ਅੱਡ-ਅੱਡ ਤਰ੍ਹਾਂ ਦੇ ਕਹਿੰਦੇ ਛੋਟੇ-ਛੋਟੇ ਜਿਹੇ ਟਾਪੂ ਬਣੇ ਹੋਏ ਨੇ ਸੈਂਡਬਾਰ ਤੇ ਬ੍ਰੈਡਡ ਚੈਨਲ ਮਤਲਬ ਕਿ ਨਦੀ ਐਦਾਂ ਆਕੇ ਐਦਾਂ ਐਦਾਂ ਪਿਛੀ ਹੋਈ ਹੈ ਪੰਜਾਬ ਵਿੱਚ ਆਕੇ ਐਦਾਂ ਐਦਾਂ ਹਰੀਕੇ ਇਹ ਧਿਆਨ ਰੱਖਣਾ ਐਂਟਰ ਕਿੱਥੇ ਕਰਦੀ ਹੈ ਐਂਟਰ ਇਹ ਹਰੀਕੇ ਕਰਦੀ ਹੈ ਇਹ ਗੱਲ ਆਪਾਂ ਧਿਆਨ ਰੱਖਣੀ ਹੈ ਤਾਂ ਜੀ ਰਿਜ਼ਰਵ ਆਲਸੋ ਹੋਸਟਸ ਦਾ ਓਨਲੀ ਨੋਨ ਪੋਪੂਲੇਸ਼ਨ ਇਨ ਦਾ ਇੰਡੀਆ ਆਫ ਦਾ ਐਂਡੇਂਜਰਡ ਇੰਡਸ ਰਿਵਰ ਡਾਲਫਿਨ ਆ ਲੋ ਬਹੁਤ ਵੱਡੀ ਗੱਲ ਆ ਕਿ ਤਾਂ ਜੀ ਇੰਡੀਆ ਵਿੱਚ ਜਿਹੜੀ ਪਤਾ ਹੈ ਵੀ ਜਿਹੜੀ ਐਂਡੇਂਜਰਡ ਹੈ ਮਤਲਬ ਕਿ ਖਤਮ ਹੋਣ ਦੀ ਕगार ਤੇ ਹੈ ਇੰਡਸ ਰਿਵਰ ਡੋਲਫਿਨ ਹੈ ਜਿਹੜੀ ਜਿਹੜਾ ਸਾਇੰਟਿਫਿਕ ਨਾਮ ਹੋ ਜਾਂਦਾ ਹੈ ਪਲੇਟਨਿਸਟਾ ਗੈਂਜੇਟਿਕਾ ਮਾਈਨਰ ਕੀ ਹੈ ਪਲੇਟਨਿਸਟਾ ਗੈਂਜੇਟਿਕਾ ਮਾਈਨਰ ਉਹ ਇੱਥੇ ਹੀ ਪਾਈ ਜਾਂਦੀ ਹੈ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਵਿੱਚ ਬਿਆਸ ਨਦੀ ਵਿੱਚ ਪਾਈ ਜਾਂਦੀ ਹੈ 2017 ਦੀ ਗੱਲ ਕਰੀਏ ਪ੍ਰੋਗਰਾਮ ਕੀਤਾ ਗਿਆ ਸੀ ਇਨੀਸ਼ੀਏਟ ਕਾਦੇ 2 ਇੱਕ ਇੰਟਰਡਿਊਸ ਕ੍ਰਿਟੀਕਲੀ ਐਂਡੇਂਜਰਡ ਘੜਿਆਲ ਆ ਜਿਹੜੇ ਮગર ਮੱਛੀ ਆ ਦੇਖ ਰਹੇ ਗੇਵਿਆਲਿਸ ਗੈਂਜੇਟਿਕਾ ਸੇ ਦਾ ਨਾਮ ਹੁੰਦਾ ਵਿੱਚ 47 ਇੰਡੀਵਿਜੂਅਲਸ ਰਿਲੀਜ਼ ਇਨਟੂ ਦਾ ਰਿ 30 ਇਅਰਸ ਆਫਟਰ ਦੇ ਡਿਸਪੀਅਰੈਂਸ ਮਤਲਬ ਕਿ ਇਹ ਵੀ ਗਾਇਬ ਹੋ ਗਏ ਸੀ ਇਸ ਨਦੀ ਤੋਂ ਕੀ ਪਤਾ ਕੀ ਕਰਦੇ ਹੋਣੇ ਲੋਕ ਬਟ ਇਹ ਗਾਇਬ ਹੋ ਗਏ ਸੀ ਬਟ ਉਹ ਤੋਂ ਬਾਅਦ ਇਹ ਐਂਡੈਂਜਰਡ ਘੜੀਆਲ ਹੈ ਇਹਦਾ ਵੀ ਸਾਇੰਟਿਫਿਕ ਨਾਮ ਯਾਦ ਰੱਖਣਾ ਹੈ ਗਵਿਆਲਿਸ ਗੈਂਜੇਟਿਕਸ ਤਾਂ ਜੀ ਇਹ ਵੀ ਇਹ ਬਿਆਸ ਕੰਦਰਵੇਸ਼ ਰਿਦਰ ਵਿੱਚ ਇਹਨਾਂ ਨੇ ਰੀਇੰਟਰੋਡਿਊਸ ਕੀਤੇ ਸੀ ਬਟ ਇੰਪੋਰਟੈਂਟ ਗੱਲ ਇਹ ਹੈ ਓਨਲੀ ਨੋਨ ਪੋਪੂਲੇਸ਼ਨ ਮਤਲਬ ਪੂਰੇ ਇੰਡੀਆ ਵਿੱਚ ਕਿਤੇ ਵੀ ਇੰਡਸ ਰਿਵਰ ਡੋਲਫਿਨ ਮਿਲਦੀ ਹੈ ਤਾਂ ਕਿੱਥੇ ਮਿਲਦੀ ਹੈ ਉਹ ਬਿਆਸ ਕੰਦਰਵੇਸ਼ਨ ਰਿਜ਼ਰਵ ਵਿੱਚ ਮਿਲਦੀ ਹੈ ਅੱਗੇ ਗੱਲ ਕਰਦੇ ਆਪਾਂ ਨੰਗਲ ਵਾਈਲਡਲਾਈਫ ਸੈਂਚਰੀ ਬਾਰੇ ਇੱਕ ਵਾਰ ਯਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ ਛੋਟਾ ਜਿਹਾ ਇੱਕ ਵਾਰ ਸੈਸ਼ਨ ਨੂੰ ਕਰ ਦਿਓ ਲਾਈਕ ਠੀਕ ਹੈ ਜੀ ਜਾਦਾ ਕੁਝ ਹੈ ਨਹੀਂ ਚੱਕਰ ਹਾਂਜੀ ਸਾਰੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜਿਹੜੇ ਹੁਣ ਜੁਆਇਨ ਕਰ ਰਹੇ ਨੇ ਕੋਈ ਗੱਲ ਨਹੀਂ ਸ਼ੇਅਰ ਕਰ ਦਿਓ ਨਾਲ ਨਾਲ ਸੈਸ਼ਨ ਨੂੰ ਲਾਈਕ ਕਰੀ ਜਾਓ ਅੱਜ ਪੰਜਾਬ ਸਪੈਸ਼ਲ ਹੈ ਛੇ ਜਿਹੜੇ ਵੈਟਰਲੈਂਡ ਨੇ ਉਹੀ ਆਪਾਂ ਡਿਸਕਸ ਕਰਾਂਗੇ ਬਾਕੀ ਤਾਂ ਆਪਾਂ ਪਹਿਲਾਂ ਕਰ ਲਈ ਸੀ ਹੈਨਾ ਤੇ ਨੰਗਲ ਵਾਈਲਡਲਾਈਫ ਸੈਂਚਰੀ ਹੋ ਜਾਂਦੀ ਹੈ ਹੁਣ ਲੋਕੇਟਿਡ ਇਨ ਦਾ ਸ਼ਿਵਾਲਿਕ ਫੁੱਟ ਹਿਲਸ ਆਫ ਪੰਜਾਬ ਇਜ਼ ਦਾ ਹਾਈਲੀ ਇਕੋਸੈਂਸ ਐਸ ਦਾ ਇੰਡੈਜੈਂਟ ਇੰਡੀਅਨ ਇਹਾ ਤਾਂ ਜੀ ਸ਼ਿਵਾਲਿਕ ਤੇ ਪਹਰਾ ਚਾਹ ਕਹਿੰਦੇ ਨੰਗਲ ਵਾਈਲਡਲਾਈਫ ਸੈਂਚੁਰੀ ਸਾਨੂੰ ਪਤਾ ਹੀ ਹੈ ਜੀ ਓਬਵੀਅਸ ਜੀ ਗੱਲ ਹੈ ਕਿ ਨੰਗਲ ਚ ਹੋਗਾ ਇੰਪੋਰਟੈਂਟ ਕੀ ਇੱਥੇ ਕੀ ਪਾਇਆ ਜਾਂਦਾ ਇੱਕ ਪਾਇਆ ਜਾਂਦਾ ਇੰਡੀਅਨ ਪੈਂਗੋਲਿਨ ਪਾਇਆ ਜਾਂਦਾ ਈਜੀਪਸ਼ੀਅਨ ਵਲਚਰ ਪਾਇਆ ਜਾਂਦਾ ਤੇ ਇੱਕ ਵਲਨਰੇਬਲ ਲੈਪਰਡ ਵੀ ਹੈ ਪੈਂਥੇਰਾ ਪਾਰਡਸ ਕਰਕੇ ਇਹ 2-3 ਪਾਏ ਜਾਂਦੇ ਨੇ ਕਿੱਥੇ ਪਾਏ ਜਾਂਦੇ ਨੇ ਨੰਗਲ ਵਾਈਲਡਲਾਈਫ ਸੈਂਚੁਰੀ ਵਿੱਚ ਪਾਏ ਜਾਂਦੇ ਨੇ ਜੇ ਤੁਹਾਨੂੰ ਇਹ ਡਾਇਗਰਾਮ ਤੇ ਦਿਖ ਰਿਹਾ ਹੋਵੇ ਇਹ ਇਹ ਇੱਧਰ ਤੋਂ ਪਾਇਆ ਜਾਂਦਾ ਪੰਜਾਬ ਦੇ ਬਿਲਕੁਲ ਇਸ ਕੋਨੇ ਤੇ ਆ ਨੰਗਲ ਦਿਖਾਇਆ ਵੈ ਇਹਨਾਂ ਨੇ ਇਹ ਨਾਲ-ਨਾਲ ਹੋ ਗਿਆ ਪਾਖੜਾ ਟੈਂਪ ਇਹ ਹੋ ਗਿਆ ਗੋਬਿੰਦ ਸਾਗਰ ਲੇਕ ਤਾਂ ਗੋਬਿੰਦ ਸਾਗਰ ਲੇਕ ਇਹ ਹੈ ਜਿਹੜੀ ਪਾਖੜਾ ਟੈਂਪ ਜਿਹੜੀ ਮੈਂ ਲਾਈਨ ਜੀ ਮਾਰੀ ਤੇ ਇਹ ਅੱਗੇ ਆ ਕੇ ਇਹ ਵਾਲਾ ਪਾਸਾ ਜਿਹੜਾ ਹੈ ਇਹ ਨੰਗਲ ਹੈ ਇੱਧਰ ਹੀ ਪਾਇਆ ਜਾਂਦਾ ਕੀ ਹੈ ਨੰਗਲ ਵਾਈਲਡ ਲਾਈਫ ਸੈਂਚਰੀ ਵੀ ਇੱਧਰ ਹੀ ਬਣਾਈ ਹੋਈ ਹੈ ਇਹ ਆਪਾਂ ਗੱਲ ਯਾਦ ਰੱਖਣਾ ਹੈ ਰੱਖਣੀ ਹੈ ਠੀਕ ਹੈ ਜੀ ਇਹ ਜਿਹੜੀ ਵਿੱਚ ਹੈ ਨਾ ਨਦੀ ਜੀ ਨੰਗਲ ਬੈਰਾਰ ਤੋਂ ਜਸਟ ਪਹਿਲਾਂ ਇਹ ਹੈ ਜੀ ਨੰਗਲ ਵਾਈਲਡ ਲਾਈਫ ਸੈਂਚਰੀ ਸ਼ਮਸ਼ੇਰ ਸਿੰਘ ਕੀ ਕਹਿੰਦੇ ਸਰ ਕਿਹੜੀ ਕਲਾਸ ਚ ਐਡ ਆ ਗਿਆ ਯਾਰ ਅੱਜ ਸਵੇਰ ਵਾਲੀ ਚ ਆਏ ਹੋਣੇ ਕਿਉਂਕਿ ਹੋਇਆ ਕਿ ਸੀ ਯਾਰ ਸਵੇਰ ਵਾਲੇ ਜਿਹੜੀ ਕਰੰਟ ਅਫੇਅਰ ਦੀ ਕਲਾਸ ਸੀ ਨਾ ਕਰੰਟ ਅਫੇਅਰ ਦੀ ਕਲਾਸ ਨਾ ਵਿੱਚ ਬੰਦ ਹੋ ਗਈ ਸੀ ਉਹ ਨੈਟ ਦੀ ਪ੍ਰੋਬਲਮ ਆਈ ਤਾਂ ਉਹ ਡ੍ਰੌਪ ਹੋ ਜਾਂਦਾ ਨਾ ਜਦੋਂ ਫਿਰ ਨਵੀਂ ਕਲਾਸ ਬਣਾਈ ਸੀ ਫਿਰ ਨਵੀਂ ਕਲਾਸ ਕਿੱਦਾਂ ਹੁੰਦਾ ਫਿਰ ਛੇਤੀ ਛੇਤੀ ਆਪਾਂ ਫੋਨ ਕਰੀਦਾ ਵੀ ਯਾਰ ਫਟਾਫਟ ਕਲਾਸ ਬਣਾ ਦਿਓ ਅਸੀਂ ਨਹੀਂ ਬਣਾਉਂਦੇ ਨਾ ਸਾਡਾ ਕੰਮ ਤਾਂ ਕੱਲਾ ਪੜਾਉਣਾ ਹੈ ਤਾਂ ਜਿਨ੍ਹਾਂ ਨੇ ਕਲਾਸ ਬਣਾਈ ਉਹ ਛੇਤੀ ਛੇਤੀ ਬਣਾ ਦੇਣੇ ਤੇ ਗਲਤੀ ਤੋਂ ਐਡ ਔਨ ਰਹਿ ਜਾਂਦੀ ਹੈ ਬਾਕੀ ਹੋਰ ਕੋਈ ਵੀਡੀਓ ਦੇਖੋ ਐਡ ਨਹੀਂ ਹੋਗੀ ਨੰਗਲ ਵਾਈਲੈਸ ਇੰਟਰੀ ਕਹਿੰਦੇ ਇਟ ਓਕਿਊਪਾਈਡ ਹਿਊਮਨ ਮੇਡ ਰਿਜ਼ਰਵਾਇਰ ਕੰਸਟਰਕਟਿਡ ਐਸ ਪਾਰਟ ਆਫ ਦਾ ਭਾਖੜਾ ਨੰਗਲ ਪ੍ਰੋਜੈਕਟ ਇਨ 1961 ਦਾਨੀ ਭਾਖੜਾ ਨੰਗਲ ਕਦੋਂ ਬਣਿਆ ਸੀ 1961 ਉਹੀ ਮੈਂ ਦੱਸੀ ਇੱਥੇ ਨਾ ਆਹ ਦੇਖ ਰਹੇ ਹੋ ਆ ਜਿਹੜਾ ਲਾਲ ਲਾਜੀ ਲਕੀਰ ਜੀ ਮਾਰੀ ਹੋਈ ਸੀ ਵੱਡੀ ਜੀ ਮੈਂ ਤਾਂ ਇਹ ਕੀ ਆ ਪਾਖੜਾ ਨੰਗਲ ਹੀ ਆ ਇਹ 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 ਵਾਲਾ ਪਾਖੜਾ ਨੰਗਲ ਹੈ ਉਹਦੇ ਪਿੱਛੇ ਇੱਕ ਕੋਵਿੰਦ ਸਾਗਰ ਲੇਕ ਹੋ ਜਾਂਦੀ ਹੈ ਲਾਲ ਪੈਨ ਕਿੱਥੇ ਆ ਇਹ ਪਾਕੜਾ ਨੰਗਲੇ ਗੋਵਿੰਦਸਾਗਰ ਲੇਕ ਹੈ ਤਾਂ ਇਹ ਨਦੀ ਆਈ ਹੈ ਸਾਡੀ ਸਤਲੁਜ ਨਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਸਤਲੁਜ ਨਦੀ ਹੈ ਕੋਈ ਬਿਆਸ ਨਾ ਕਰਦੇ ਇਹਨੂੰ ਸਤਲੁਜ ਨਦੀ ਹੈ ਤੇ ਇਹ ਨੰਗਲ ਬੈਰਾੜ ਤੋਂ ਜਸਟ ਪਹਿਲਾਂ ਹੀ ਬਿਲਕੁਲ ਹਿਮਾਚਲ ਪੰਜਾਬ ਦੀ ਬਾਉਂਡਰੀ ਤੇ ਨੰਗਲ ਸੈਂਚੁਰੀ ਪਈ ਹੈ ਚਲੋ ਕੱਲ 4 ਵਜੇ ਬੱਚੀ ਆਏ ਮੈਂ ਨਹੀਂ ਮੰਨਦਾ ਯਾਰ ਕੱਲ ਆਈ ਨਹੀਂ ਸਕਦੀ ਇੱਕ ਮਿੰਟ ਰੁਕੋ ਮੈਂ ਨਾਲ ਨਾਲ ਹੁਣੇ ਦੇਖ ਲੈਣਾ ਚਲਾ ਕੇ ਕਲਾਸ ਕੱਲ ਵਾਲੀ ਕਲਾਸ ਇਸਰੋ ਨਾ ਪਾਜੀ ਕੱਲ ਵਾਲੀ ਕਲਾਸ ਆਈ ਨਹੀਂ ਸ਼ਾਮ ਨੂੰ ਤਾਂ ਆਂਦੀ ਨਹੀਂ ਹੈਡ ਆਪਾ ਤਾਂ ਬੰਦ ਕਰਾਈ ਹੋਈ ਹੈ ਨਹੀਂ ਆਈ ਚਲੋ ਤਾਂ ਜੀ ਹੁਣ ਗਲ ਨੰਗਲ ਵਾਈਲਡਲਾਈਫ ਸੈਂਚਰੀ ਇੰਪੋਰਟੈਂਟ ਕਿਉਂ ਹੋ ਜਾਂਦੀ ਹੈ ਉਹਦੇ ਬਾਰੇ ਪੜੋ ਦੱਸਿਆ ਇਟ ਇਸ ਹਿਸਟੋਰਿਕ ਇੰਪੋਰਟੈਂਸ ਐਸ ਦਾ ਇੰਡੀਅਨ ਐਂਡ ਚਾਈਨੀਜ਼ ਪ੍ਰਾਈਮ ਮਿਨਿਸਟਰ ਫਾਰਮੂਲਾਈਜ਼ ਦਾ ਫਾਈਵ ਪ੍ਰਿੰਸੀਪਲ ਆਫ ਪੀਸਫੁਲ ਐਗਜ਼ਿਸਟੈਂਸ ਇਨ 1954 ਜਿਹੜੇ ਆਪਾਂ ਸੁਣ ਗੱਲ ਪੜਦੇ ਹੁੰਦੇ ਪੰਜ ਸ਼ੀਲ ਪ੍ਰਿੰਸੀਪਲ ਬਾਰੇ ਉਹ ਜੀ ਕਿਹਨੇ ਕੀਨੇ ਜਵਾਹਰ ਲਾਲ ਨਹਿਰੂ ਤੇ ਚਾਈਨੀਜ਼ ਪ੍ਰੀਮੀਅਰ ਜ਼ੂ ਇਨ ਲਾਈ ਨੇ ਇੱਕ ਬ੍ਰਾਡਕਾਸਟ ਸਪੀਚ 1954 ਵੀ ਜਿਹੜੇ ਉਹ ਪੰਜ ਸ਼ੀਲ ਪ੍ਰਿੰਸੀਪਲ ਸੀਗੇ ਉਹ ਇੱਥੇ ਹੀ ਸਾਈਨ ਕੀਤੇ ਸੀ ਤਾਂ ਇੰਪੋਰਟੈਂਟ ਹੋ ਜਾਂਦਾ ਹੈ ਨੰਗਲ ਤਾਂ ਜੀ ਕਿਹੜੇ ਸੀਗੇ ਮਿਊਚੁਅਲ ਰਿਸਪੈਕਟ ਫਾਰ ਈਚ ਅਦਰਸ ਕਹਿੰਦੇ ਇੰਟੀਗਰੀਟੀ ਐਂਡ ਸੋਵਰੈਂਟੀ ਵੀ ਹੈਨਾ ਮਿਊਚੁਅਲ ਨਾਨ ਇੰਟਰਫੇਰੈਂਸ ਇਨ ਈਚ ਅਦਰਸ ਇੰਟਰਸਟ ਇਕੁਇਲੈਂਟ ਮਿਊਚੁਅਲ ਬੈਨੀਫਿਟ ਵਰਕਿੰਗ ਰਿਲੇਸ਼ਨ ਮਿਊਚੁਅਲ ਨਾਨ ਅਗਰੈਸ਼ਨ ਪੀਸਫੁਲ ਕੋਐਗਜ਼ਿਸਟੈਂਸ ਇਹ ਮਜ਼ਾਕ ਵਾਲੀ ਗੱਲ ਹੈ ਵੀ ਇੰਡੀਆ ਤੇ ਚਾਈਨਾ ਨੇ ਕੀਤਾ ਸੀ ਤੇ ਚਾਈਨਾ ਤੁਸੀਂ ਦੇਖੀ ਲੋਜੀਕਲ ਕੀ ਕਰਦੇ ਨੇ ਕਹਿੰਦੇ ਅਰੁਣਾਚਲ ਪ੍ਰਦੇਸ਼ ਥਾਂ ਦੇ ਨਾਂ ਬਦਲਤੇ ਕਦੇ ਅਟੈਕ ਕਰਤਾ ਕਦੇ ਪੁਲ ਬਣਾਉਣ ਲੱਗ ਗਏ ਇਹ ਕੰਮ ਹੈ ਤੇ 1954 ਚ ਇਹਨਾਂ ਨੇ ਕੀ ਕੀਤਾ ਸੀ ਪੰਜ ਛੇ ਪ੍ਰਿੰਸੀਪਲ ਸਾਈਨ ਕੀਤੇ ਹੋਏ ਹਾਂਜੀ ਇਹ ਸੋਸੀ ਧਿਆਨ ਰੱਖਣਾ ਕਿੱਥੇ ਹੋਈ ਸੀ ਪੰਚਸ਼ੀਲ ਪ੍ਰਿੰਸੀਪਲਸ ਸਾਈਨ ਇੱਥੇ ਹੀ ਹੋਈ ਸੀ ਪਾਖੜਾ ਡੈਮ ਦੇ ਕੋਲ ਨੰਗਲ ਵਾਈਲਡ ਲਾਈਫ ਸੈਂਚਰੀ ਦੇ ਕੋਲ ਨਹੀਂ ਸਰ ਸੁਭਾਵ ਵਾਲੇ ਮੋੜ ਜੀ ਦੇ ਪਿੱਕ ਤੇ ਹੀ ਹਾਂਜੀ ਮੋਦੀ ਜੀ ਦੇ ਪਿੱਕ ਤੇ ਹੀ ਬੰਦ ਹੋ ਗਈ ਸੀ ਆਈ نو ਯਾਰ ਪਤਾ ਦੋ ਚੱਕ ਕੱਲ ਬਹੁਤ ਅੱਜ ਸਵੇਰੇ ਬਹੁਤ ਪ੍ਰੋਬਲਮ ਹੋਈ ਇੱਕ ਮੈਂ ਵੀਡੀਓ ਚ ਲਈ ਪਹਿਲਾਂ ਹੈਨਾ 70 80 ਬੱਚੇ ਸਾਡੇ ਕੋਲ ਜੁੜ ਗਏ ਸੀ 6 ਮਿੰਟਾਂ ਵਿੱਚ ਹੀ 6 ਮਿੰਟਾਂ ਵਿੱਚ ਹੋ ਕੇ ਬੰਦ ਹੋ ਗਈ ਵੀਡੀਓ ਫਿਰ ਆਪਾਂ ਦੂਜੀ ਬਣਾਈ ਜਦੋਂ ਵੀਡੀਓ ਫਿਰ ਉਹਦੇ ਵਿੱਚ ਐਡ ਹੋਏ ਉਹ 41 ਮਿੰਟ ਚੱਲੇਗੀ ਫਿਰ ਬੰਦ ਹੋ ਗਈ ਵੀਡੀਓ ਉਹ ਐਡਸ ਆ ਗਈ ਸੀ ਬਟ ਉਦੋਂ ਤੱਕ 9:00 ਵਜੇ ਗਏ ਸੀ 9:00 ਤੋਂ ਉੱਤੇ ਹੋ ਗਿਆ ਸੀ ਤੇ ਦੂਜੇ ਸਰ ਦੀ ਕਲਾਸ ਦਾ ਟਾਈਮ ਹੋ ਗਿਆ ਸੀ ਤਾਂ ਬਟ ਤੁਸੀਂ ਟੈਨਸ਼ਨ ਨਾ ਲਓ ਦੇਖੋ ਯਾਰ ਆਪਾਂ ਮੰਡੇ ਨੂੰ ਥੋੜਾ ਤੇਜ਼ ਪੜਾ ਦਾਂਗੇ ਐਡੀ ਕੋਈ ਗੱਲ ਹੈ ਨਹੀਂ ਆਪਾਂ ਦੇਖੋ ਕਮ ਤੁਹਾਡਾ ਪੂਰਾ ਪੂਰਾ ਕਰਾਉਣਾ ਪੇਪਰ ਤੇ ਤੁਹਾਡੇ ਘਾਟ ਨਹੀਂ ਪਊਗੀ ਵੀ ਇਹ ਆਲਾ ਕਰੰਟ ਅਫੇਅਰ ਨਹੀਂ ਕਰਾਇਆ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਵੀ ਸ਼ਨੀਵਾਰ ਨੂੰ ਹੋਇਆ ਕਿ ਮੰਡੇ ਨੂੰ ਹੋਇਆ ਮੰਡੇ ਨੂੰ ਤੁਹਾਨੂੰ ਸਾਰੇ ਕਵਰ ਹੋ ਜੂਗੇ ਅੱਜ ਵਾਲਾ ਵੀ ਜਿਹੜੇ ਕੁਝ ਬਚੇ ਨੇ ਦੇਖੋ ਤਿੰਨ ਚਾਰ ਬੱਚੇ ਸੀ ਜ਼ਿਆਦਾ ਨਹੀਂ ਬੱਚੇ ਹੋਏ ਸੀ ਕਿਉਂਕਿ ਕਰੰਟ ਅਫੇਅਰ ਥੋੜੇ ਘੱਟ ਸੀਗੇ ਅੱਜ ਦੇ ਚਾਰ ਪੰਜ ਕੁਐਸਚਨ ਬਚੇ ਸੀ ਉਹ ਮੈਂ ਮੰਡੇ ਨੂੰ ਡਿਟੇਲ ਵਿੱਚ ਕਰਾ ਦੂੰਗਾ ਤੇ ਕੱਲ ਤੁਹਾਨੂੰ ਦੱਸ ਦਈਏ 10 ਵਜੇ ਸਵੇਰੇ ਤੁਹਾਡੇ ਲਈ ਜਨਵਰੀ 9 ਤੋਂ ਲੈ ਕੇ ਜਨਵਰੀ 15 ਤੱਕ ਦੀ ਕਰੰਟ ਅਫੇਅਰ ਦੀ ਕੰਪਾਈਲੇਸ਼ਨ ਦੀ ਸਪੈਸ਼ਲ ਕਲਾਸ ਹੈ ਉਹਦੇ ਵਿੱਚ 60 ਦੇ ਅਰਾਊਂਡ ਕਰੰਟ ਅਫੇਅਰ ਹੋਣਗੇ MCQ ਹੋਣਗੇ ਤੇ ਉਹਦੀ PDF ਵਿੱਚ ਕੀ ਹੈ PDF ਵਿੱਚ ਮੈਨੇ ਜਿਹੜੀ ਪੂਰੇ ਹਫਤੇ ਦੀ ਸੀ ਨਾ ਬੱਚੇ ਕਹਿੰਦੇ ਹੁੰਦੇ ਸਰ PDF ਇਕੱਠੀ ਦੇ ਦੋ ਉਸ ਵਿੱਚ ਇਸ ਪੂਰੇ ਹਫਤੇ ਦੀ ਕੰਪਾਈਲੇਸ਼ਨ ਹੈ ਮਤਲਬ ਕਿ ਜਨਵਰੀ 9 ਤੋਂ 15 ਤੱਕ ਦੇ ਜਿੰਨੇ ਵੀ ਕਰੰਟ ਅਫੇਅਰ ਬਣੇ ਸੀ ਉਹ ਮੈਂ ਇੱਕ ਹੀ PPT 'ਚ ਬਣਾਤੇ ਆ ਵੀਡੀਓ ਵਿੱਚ 60 ਹੀ ਹੋਣਗੇ ਜਿਹੜੇ ਮੋਸਟ ਇੰਪੋਰਟੈਂਟ ਸੱਟ ਮੈਨੂੰ ਲੱਗੇ ਉਹ ਬਟ PDF ਵਿੱਚ ਸਾਰੇ ਸਾਰੇ 100 ਪਲੱਸ ਜਿੰਨੇ ਨੇ ਉਹ ਸਾਰੇ ਉਹ ਵੀਡੀਓ ਵਿੱਚ ਹੋ ਜਾਣਗੇ ਜਿੰਨੇ ਵੀ ਹੋਣੇ ਮਤਲਬ ਠੀਕ ਹੈ ਬਟ ਉਹਦੀ ਪੀਡੀਐਫ ਤੁਹਾਨੂੰ ਮਿਲੂਗੀ ਅਡਾ 247 ਦੀ ਐਪ ਤੇ ਕਿੱਥੇ ਮਿਲੂਗੀ ਅਡਾ 247 ਦੀ ਐਪ ਤੇ ਹੀ ਮਿਲੂਗੀ ਪੀਡੀਐਫ ਤਾਂ ਜੀ ਉਹ ਅਡਾ 247 ਦੀ ਐਪ ਜ਼ਰੂਰ ਡਾਊਨਲੋਡ ਕਰ ਲਿਓ ਕੱਲ ਜਦੋਂ ਤੁਸੀਂ ਲੈਕਚਰ ਦੇਖੋਗੇ ਲੈਕਚਰ ਦੇਖਦੇ ਹੋਏ ਲਾਈਵ ਚੈਟ ਵਿੱਚ ਇੱਕ ਕਮੈਂਟ ਆਊਗਾ ਸੌਰੀ ਇੱਕ ਲਿੰਕ ਪਿੰਨ ਹੋਇਆ ਹੋਗਾ ਲਾਈਵ ਚੈਟ 'ਚ ਹੀ ਹੋਗਾ ਡਿਸਕ੍ਰਿਪਸ਼ਨ 'ਚ ਵੀ ਹੋਗਾ ਕਮੈਂਟ ਅਜ ਵੀ ਹੋਗਾ ਉਸ ਲਿੰਕ ਤੇ ਕਲਿੱਕ ਕਰੋਗੇ ਅਡਾ 247 ਐਪ ਖੁੱਲੂਗਾ ਤੁਹਾਨੂੰ ਸਿੱਧਾ ਪੀਡੀਐਫ ਦੇ ਕੋਲ ਹੀ ਲੈ ਜਾਊਗਾ ਇਹ ਜ਼ਰੂਰ ਧਿਆਨ ਰੱਖਣੀ ਹੈ ਆਪਣਾ ਠੀਕ ਹੈ ਜੀ ਚਲੋ ਤਾਂ ਜੀ ਨੰਗਲ ਵਾਈਲਡਲਾਈਫ ਸੈਂਚਰੀ ਅੱਗੇ ਰਹਿ ਰਿਆਂ ਦਾ ਮੋਰ ਥੈਨ ਹਾਫ ਅ ਮਿਲੀਅਨ ਪੀਪਲ ਡਾਉਨਸਟ੍ਰੀਮ ਬੈਨੀਫਿਟ ਫਰਮ ਦ ਰਿਜ਼ਰਵਰ ਰਿਡਿਊਸਿੰਗ ਦ ਰਿਸਕ ਟੂ ਰਿਜ਼ਰਵਰ ਐਟ ਦ ਫਲੋ ਆਫ ਵਾਟਰ ਰੈਗੂਲੇਟਿਡ ਕੁਛ ਨਹੀਂ ਆ ਹੋਰ ਕੰਮ ਦੀ ਗੱਲ ਕੁਛ ਨਹੀਂ ਆ ਤਾਂ ਜੀ ਅੱਗੇ ਆਂਦੀ ਹੈ ਗੱਲ ਕਾਂਜਲੀ ਵੈਟਲੈਂਡ ਦੀ ਇਹ ਕਿੱਥੇ ਪੈਂਦੀ ਹੈ ਇਹ ਪੈਂਦੀ ਹੈ ਜੀ ਕਪੂਰਥਲਾ ਵਿੱਚ ਹੈ ਨਾ ਇੱਕ ਮੈਨੂੰ ਕਹਿੰਦਾ ਆਪਾਂ ਸ਼ਾਰਟ ਵੀਡੀਓ ਪਾਈ ਵੀ ਬੈਂਰਸ ਹੈ ਨਾ ਵੀ ਕੱਲ ਕਰੰਟ ਅਫੇਅਰ ਦੀ ਉਹ ਹੋ ਗਈ ਉਹ ਕੀ ਕਹਿੰਦੇ ਉਹਨੂੰ ਆਪਣਾ ਕੰਪਾਈਲੇਸ਼ਨ ਕਹਿੰਦਾ ਜੀ ਸਰ ਪੰਜਾਬ ਵਾਲਾ ਚੈਨਲ ਤੁਸੀਂ ਹਾਂਜੀ ਆਂਦੀ ਆ ਸਾਨੂੰ ਪੰਜਾਬੀ ਠੀਕ ਹੈ ਹੋ ਜਾਂਦੀ ਐ ਨੇ ਗਲਤੀਆਂ ਤੁਹਾਡੇ ਤੋਂ ਕਦੇ ਗਲਤੀ ਨਹੀਂ ਹੋਈ ਨਾ ਮੈਨੂੰ ਦੱਸ ਤੋ ਜਾਂ ਤਾਂ ਪੂਰੀ ਜ਼ਿੰਦਗੀ ਤੁਸੀਂ ਸਿਰਾਈ ਲਾਇਆ ਹੋ ਹੈ ਨਾ ਪੂਰੇ 100% ਤੁਸੀਂ ਬਣੇ ਹੋਏ ਹੋ ਹੈ ਤੁਹਾਡੇ ਤੋਂ ਕਿਸੇ ਗਲਤੀ ਨਹੀਂ ਹੋਈ ਸਾਡਾ ਕੰਮ ਹੈ ਦੇਖੋ ਵੀਡੀਓ ਬਣਾਉਣਾ ਠੀਕ ਹੈ ਅਸੀਂ ਅੱਗੇ ਭੇਜ ਦਿੰਨੇ ਆ ਇਹ ਅਸੀਂ ਅਪਲੋਡ ਨਹੀਂ ਕਰਦੇ ਠੀਕ ਹੈ ਤੇ ਜੇ ਹੋ ਵੀ ਗਈ ਗਲਤੀ ਕੀ ਨੂੰ ਕੀ ਪੜ ਲਿਆ ਕਿੱਡੀ ਗੱਲ ਹੋ ਗਈ ਧਰਤੀ ਹਿੱਲ ਗਈ ਸਰਕਾਰਾਂ ਬਦਲ ਗਈਆਂ ਨੌਕਰੀਆਂ ਖਤਮ ਹੋ ਗਈਆਂ ਨੌਕਰੀਆਂ ਵੱਧ ਗਈਆਂ ਕੀ ਹੋ ਗਿਆ ਯਾਰ ਪਤਾ ਨਹੀਂ ਕਿਹੋ ਜੀਆਂ ਗੱਲਾਂ ਕਰਦੇ ਕਈ ਬੱਚੇ ਟੌਪਿਕ ਵੱਲ ਧਿਆਨ ਦਿਆ ਕਰੋ ਸਪੈਲਿੰਗ ਇੰਨੀ ਮੈਂ ਤਾਂ ਪਹਿਲਾਂ ਵੀ ਕਿਹਾ ਇਹਦੀ ਜੇ ਮੈਂ ਕਾਂਜਲੀ ਵੈਟਲੈਂਡ ਨੂੰ ਜੇ ਮੈਂ W T L N D ਲਿਖ ਦੂੰ ਤੁਹਾਨੂੰ ਸਮਝ ਤਾਂ ਆ ਜਾਊਗਾ ਨਾ ਵੈਟਲੈਂਡ ਹੈ ਆਪਾਂ ਪੇਪਰ 'ਚ ਆਪਾਂ ਰਿਟਰਨ ਪੇਪਰ ਦੇਣ ਜਾ ਰਹੇ ਆ ਆਪਾਂ ਰਿਟਰਨ ਪੇਪਰ ਨਹੀਂ ਦੇ ਰਹੇ ਨਾ ਸੰਤੋ ਯਾਦ ਕਰਨ ਤੋਂ ਮਤਲਬ ਹੈ ਤਾਂ ਉਹ ਦੇਖਿਆ ਕਰੋ ਇਹ ਬਰੀਕੀਆਂ 'ਚ ਨਾ ਪਾਓ ਜਾਂ ਤਾਂ ਤੁਹਾਨੂੰ ਸਾਰਾ ਕੁਝ ਆਂਦਾ ਹੋਵੇ ਫੇਰ ਅੱਡ ਗੱਲ ਹੈ ਹਾਂਜੀ ਕਾਂਜਲੀ ਲੇਖ ਵੀ ਹੈ ਤਾਂਜੀ ਕਾਂਜਲੀ ਵੈਟਲੈਂਡ ਉਹੀ ਹੈ ਲੇਕ ਨੂੰ ਹੀ ਵੈਟਲੈਂਡ ਕਿਹਾ ਹੈ ਥੋੜਾ ਜਿਹਾ ਏਰੀਆ ਐਕਸਟਰਾ ਲਿਆ ਕੇ ਤਾਂ ਜੀ ਕਾਂਝਲੀ ਵੈਟਲੈਂਡ ਕਾਂਝਲੀ ਵੈਟਲੈਂਡ ਇਸ ਆ ਮੈਨ ਮੇਡ ਵੈਟਲੈਂਡ ਕ੍ਰੀਏਟਡ ਇਨ 1870 ਬਾਏ ਕੰਸਟਰਕਟਿੰਗ ਦਾ ਹੈਡ ਵਰਕਸ ਅਕ੍ਰੋਸ ਦਾ ਬੇਨ ਰਿਵਰ ਇਹ ਤੁਹਾਨੂੰ ਪਤਾ ਹੋਊਗਾ ਬਹੁਤ ਹੀ ਜ਼ਿਆਦਾ ਉਹ ਧਰਮ ਨਾਲ ਵੀ ਰਿਲੇਟਡ ਹੈ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਹੈ ਰਿਵਰ ਅ ਟ੍ਰਿਬਿਊਟਰੀ ਆਫ ਦਾ ਬਿਆਸ ਰਿਵਰ ਟੂ ਪ੍ਰੋਵਾਈਡ ਇਰੀਗੇਸ਼ਨ ਦਾ ਵੈਟਲੈਂਡ ਸਬਸੂਮਸ ਦਾ ਕਾਂਝਲੀ ਲੇਕ ਆ ਲੋਜੀਕ ਕਾਂਝਲੀ ਲੇਕ ਦੀ ਗੱਲ ਆ ਗਈ ਇਟ ਇਜ਼ ਲੋਕੇਟਡ ਇਨ ਦਾ ਕਪੂਰਥਲਾ ਡਿਸਟ੍ਰਿਕਟ ਆਫ ਪੰਜਾਬ ਬੇਨ ਰਿਵਰ ਇੰਪੋਰਟੈਂਟ ਹੋ ਜਾਂਦਾ ਹੈ ਕਹਿੰਦਾ ਜੀ ਸਪਿਰਚੁਅਲੀ ਰ ਕਾਂਜਲੀ ਵੈਟਲੈਂਡ ਹੈਜ਼ ਰਿਲੀਜੀਅਸ ਇੰਪੋਰਟੈਂਸ ਐਸ ਇਟ ਇਜ਼ ਅ ਪਾਰਟ ਆਫ ਕਾਲੀ ਬੇ ਨੇ ਤੁਸੀਂ ਪੜਿਆ ਹੋਊਗਾ ਜਿਨ੍ਹਾਂ ਨੂੰ ਪਤਾ ਹੋਵੇ ਕਾਲੀ ਬੇਨ ਅ ਹੋਲੀ ਰਿਵਲੇਟ ਅਸੋਸੀਏਟਿਡ ਵਿਦ ਗੁਰੂ ਨਾਨਕ ਦੇਵ ਜੀ ਤਾਂ ਜੀ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਿਡ ਹੈ ਕਾਲੀ ਬੇਨ ਹਾਂ ਜੀ ਉਹ ਮੈਨੂੰ ਐਕਚੁਅਲੀ ਕਲੀਅਰਲੀ ਇਹਦੇ ਬਾਰੇ ਨਹੀਂ ਪਤਾ the wetland was once a famous picnic place and hotspot for migratory and native birds but kende pollution de baad hoya ki wetland di importance vi kat gayi jide panchhi punchhe aane si oh vi kat gaye but fir lokan nu thodi awareness aya tusi dekh sakde ho lokan ne aap uttar ke nu saaf kita kali bean river bare gurunanak dev ji na related hai ta waisi important ho jandi hai ta ji aa dekh sakde ho kithan lokan ne uttar ke hai, aap saaf kiti si river mainu pata paper ch puchhi jao gi ta hi punjab wale mein uh, ਜੱਜ ਨਾਲ ਕਰਾ ਰਿਹਾ ਤਾਂ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਵੀ ਕਿਹੜਾ ਵੈਟਲੈਂਡ ਗੁਰੂ ਸਾਹਿਬ ਨਾਲ ਰਿਲੇਟਡ ਹੈ ਕਿਹੜਾ ਵੈਟਲੈਂਡ ਹੋ ਜੂਗਾ ਕਾਂਜਲੀ ਵੈਟਲੈਂਡ ਹੋ ਜੂਗਾ ਕਾਂਜਲੀ ਝੀਲ ਹੋ ਜੂਗੀ ਤੇ ਕਾਲੀ ਬੇਨ ਰਿਵਰ ਨਾਲ ਰਿਲੇਟਡ ਹੈ ਤਾਂ ਜੀ ਅੱਗੇ ਆਂਦੇ ਆਪਾਂ ਗੱਲ ਕਰਦੇ ਕਹਿੰਦੇ ਜੀ ਹਰੀਕੇ ਵੈਟਲੈਂਡ ਬਾਰੇ ਗੱਲ ਹੋ ਗਈ ਹਰੀਕੇ ਕਿੱਥੇ ਜਿੱਥੇ ਬਿਆਸ ਨਦੀ ਐਂਟਰ ਕਰਦੀ ਹੈ ਪੰਜਾਬ ਵਿੱਚ ਤਾਂ ਜੀ ਹਰੀਕੇ ਆਲਸੋ ਨੋਨ ਐਟ ਹਰੀਕੇ ਪਤਨ ਇਹ ਵੀ ਯਾਦ ਰੱਖਣਾ ਹੈ ਇਸ ਸਿਟਿਉਏਟਿਡ ਐਟ ਦਾ ਕਨਫਲੂਐਂਸ ਆਫ ਬਿਆਸ ਐਂਡ ਸਤਲੁਜ ਰਿਵਰ ਤਾਂ ਜੀ ਬਿਆਸ ਤੇ ਸਤਲੁਜ ਜਿੱਥੇ ਮਿਲਦੀਆਂ ਨੇ ਉ ਤਾਂ ਦ ਵੈਟਲੈਂਡ ਕੰਸਿਸਟ ਇਕੋਸਿਸਟਮ ਕਵਰਿੰਗ ਐਨ ਏਰੀਆ ਆਫ 4100 ਹੈਕਟੇਅਰ ਵਾਸ ਕ੍ਰੀਏਟਿਡ ਫੋਲੋਇੰਗ ਦਾ ਕੰਸਟਰਕਸ਼ਨ ਆਫ ਦਾ ਹਰੀ ਕੇ ਬੈਰਾਜ ਅਕਰੋਸ ਦਾ ਸਤਲੁਜ ਰਿਵਰ ਤਾਂ ਜੀ ਸਤਲੁਜ ਨਦੀ ਉੱਤੇ ਹਰੀ ਕੇ ਬੈਰਾਜ ਬਣ ਗਿਆ ਜਿੱਥੇ ਪਾਣੀ ਖੜਾ ਹੋ ਗਿਆ ਉੱਥੇ ਕਾਈ ਕੋਈ ਜਮਣ ਲੱਗ ਜਾਂਦੀ ਉੱਥੇ ਆਪਣਾ ਹੀ ਇੱਕ ਇਕੋਸਿਸਟਮ ਤਿਆਰ ਹੋਣ ਲੱਗ ਜਾਂਦਾ ਤੁਹਾਨੂੰ ਤੁਸੀਂ ਜੇ ਧਿਆਨ ਦਿਓ ਤੁਹਾਡੇ ਘਰ ਦੇ ਬਾਹਰ ਕੋਈ ਤੁਸੀਂ ਦੇਖਿਓ ਜਦੋਂ ਪਹਿਲਾਂ ਹੁੰਦਾ ਸੀ ਨਾਲੀਆਂ ਜਿਹੜੀ ਖੁੱਲੀਆਂ ਹੁੰਦੀਆਂ ਸੀ ਉੱਥੇ ਕਾਈ ਜਮੀ ਹੁੰਦੀ ਸੀ ਨਾ ਮੌਸ ਜਿਹਨੂੰ ਕਹਿੰਦੇ ਆਪਾਂ ਤਾਂ ਉਹਦਾ ਵੀ ਆਪਣਾ ਈਕੋਸਿਸਟਮ ਬਣ ਜਾਂਦਾ ਹੁੰਦਾ ਤੁਸੀਂ ਦੁਬਾਰਾ ਦੇਖੋ ਦੁਬਾਰਾ ਜਦੋਂ ਮੀਂਹ ਬਹੁਤ ਪੈਂਦਾ بارش ਵਾਲੇ ਮੌਸਮ ਵਿੱਚ ਉਧਰ ਵੀ ਕਾਈ ਜਮ ਜਾਂਦੀ ਹੈ ਉਹ ਆਪਣਾ ਈਕੋਸਿਸਟਮ ਤਿਆਰ ਹੋ ਜਾਂਦਾ ਤੁਸੀਂ ਇੱਕ ਖੋਦਲ ਚ ਪਾਣੀ ਬੰਦ ਕਰਕੇ ਰੱਖ ਦੋ ਉਹਦੇ ਵਿੱਚ ਦੇਖੋ ਤੁਸੀਂ ਆਪਣਾ ਈਕੋਸਿਸਟਮ ਤਿਆਰ ਹੋ ਜਾਊਗਾ ਉਹੀ ਹੈ ਬਸ ਸਤਲੁਜ ਨਦੀ ਤੇ ਬਰਾਜ ਲੱਗਿਆ ਇੱਥੇ ਆਪਣਾ ਹੀ ਈਕੋਸਿਸਟਮ ਤਿਆਰ ਹੋ ਗਿਆ ਇਹ ਹੋ ਜਾ ਤਾਂ ਜੀ ਸਤਲੁਜ ਨਦੀ ਇਦਨ ਇੰਟਰਨੈਸ਼ਨਲੀ ਰਿਕੋਗਨਾਈਜ਼ ਰਾਮਸਰ ਸਾਈਟ ਹੈ ਹਰੀਕੇ ਵੈਟਲੈਂਡ ਹਰੀਕੇ ਪੱਟਨ ਤਾਂ ਜੀ ਹਰੀਕੇ ਵੈਟਲੈਂਡ ਤਾਂ ਜੀ ਡੂਰਿੰਗ ਵਿంటర్ 1000 ਆਫ ਮਾਈਗਰੇਟਰੀ ਬਰਡਸ ਅਰਾਈਵ ਫਰਮ ਦਾ ਹਿਮਾਲਿਆ ਯੂਰਪ ਐਂਡ ਸਾਈਬੀਰੀਆ ਔਰ ਗੁਰਜੀਤ ਕਹਿੰਦੇ ਨੇ ਸੇਚਾ ਵਾਲੇ ਬਾਬਾ ਨੇ ਸਾਫ ਕਰਵਾਈ ਆ ਜੀ ਯਾਰ ਇਹਦੇ ਬਾਰੇ ਉਹੀ ਕਹਿ ਮੈਨੂੰ ਨਾ ਹਿਸਟਰੀ ਬਾਰੇ ਮੈਨੂੰ ਚੱਦਣਾ ਪਤਾ ਨਹੀਂ ਹੈ ਮੈਂ ਤਾਂ ਹੀ ਨਹੀਂ ਕਿਹਾ ਹਿਸਟਰੀ ਤਾਂ ਨਹੀਂ ਇਹ ਤਾਂ ਮੈਨੂੰ ਪਤਾ ਬਾਬਾ ਜੀ ਸੀਗਾ ਉਹਨਾਂ ਨੇ ਕੁਝ ਸਾਫ ਕੀਤਾ ਸੀ ਇਹਦੇ ਬਾਰੇ ਆਪ ਜਰੂਰ ਪੜ ਕੇ ਆਇਓ ਦੇਖੋ ਤੁਹਾਡੇ ਲਈ ਹੈ ਮੈਨੂੰ ਨਹੀਂ ਪਤਾ ਤੁਸੀਂ ਆਪ ਜਰੂਰ ਪੜ ਕੇ ਜਾਇਓ ਕਾਂਦਲੀ ਵੈਟਲੈਂਡ ਬਾਰੇ ਪੜ੍ਹਨਾ ਜ਼ਰੂਰ ਹੈ ਕਾਲੀ ਵੇਨ ਰਿਵਰ ਵਾਰੇ ਪੜ੍ਹਨਾ ਸੌਰੀ ਕਾਲੀ ਵੇਨ ਰਿਵਰ ਵਾਰੇ ਜ਼ਰੂਰ ਧਿਆਨ ਦੇਣਾ ਤੁਸੀਂ ਕਾਲੀ ਵੇਨ ਰਿਵਰ ਇਹਦੇ ਬਾਰੇ ਇੱਕ ਵਾਰ ਸੈਲਫ ਸਟੱਡੀ ਕਰਕੇ ਆਇਓ ਤਾਂ ਜੀ ਹੁੰਦਾ ਕੀ ਸੀ ਕਹਿੰਦੇ ਪਹਿਲਾਂ ਹੁੰਦਾ ਸੀ ਕਿ ਹਜ਼ਾਰੋਂ ਪੰਛੀ ਕਹਿੰਦੇ ਹਿਮਾਲਿਆ ਤੋਂ ਯੂਰਪ ਤੋਂ ਸਾਈਬੇਰੀਆ ਤੋਂ ਇੱਥੇ ਆਉਂਦੇ ਸੀ ਸਮ ਆਫ ਦਾ ਰੈਗੂਲਰ ਵਿਜ਼ਿਟਰ ਸਿਚੁਏਟਿਡ ਸੈਟ ਹਾਈਟਿਡ ਵਰਦੀ ਬਾਹਰ ਹੈ ਕੁਝ ਨਹੀਂ ਹੈ ਬਸ ਜੀ ਇਹ ਹੈ ਹਰੀਕੇ ਦਾ ਦੇਖੋ ਅਫੀਸ਼ੀਅਲ ਫੋਟੋ ਲਾਈ ਹੋਈ ਹੈ ਇਹਨਾਂ ਨੇ ਮੈਨੂੰ ਨਹੀਂ ਪਤਾ ਆ ਰਹੀ ਬਿਆਸ ਨਦੀ ਇੱਕ ਵਾਰ ਮੈਂ ਲਾਲ ਲੈ ਲੈਣਾ ਹੈ ਲਾਲ ਪੈਨ ਬਿਆਸ ਦੀ ਇਕਾਈ ਹੈ ਇਹ ਬਿਆਸ ਦੀ ਦੂਜੀ ਆਈ ਤੇ ਇਹ ਜਿਹੜੀ ਪਰਪਲ ਰੰਗ ਤੋਂ ਮੈਂ ਬਣਾਉਂਗਾ ਇਹ ਪਰਪਲ ਰੰਗ ਤੋਂ ਜਿਹੜੀ ਆਈ ਇਹ ਸਤਲੁਜ ਆਈ ਹੈ ਸਤਲੁਜ ਸਤਲੁਜ ਦੇਖ ਵੀ ਨਹੀਂ ਰਹੀ ਹੋਣੀ ਕਹਦੇ ਤੁਹਾਨੂੰ ਇਹ ਡਾਰਕ ਬਲੂ ਤੋਂ ਇਹ ਨੀਲੇ ਵਾਲੀ ਹੋਗੀ ਸਤਲੁਜ ਇਹ ਲਾਲ ਵਾਲੀ ਹੋਗੀ ਬਿਆਸ ਤੇ ਇੱਥੇ ਆ ਕੇ ਆਹ ਮਿਲ ਗਈ ਤਾਂ ਇੱਥੇ ਦੇਖ ਸਕਦੇ ਹੋ ਤੇ ਇਧਰ ਲੱਗਿਆ ਹੋਇਆ ਬਰਾਜ ਇਹ ਲੱਗਿਆ ਹੋਇਆ ਵੱਡਾ ਜਿਹਾ ਬਰਾਜ ਤਾਂ ਇਧਰ ਇਹ ਸਾਰਾ ਬਣ ਗਿਆ ਕਹਿੰਦੇ ਹਰੀਕੇ ਵੈਟਲੈਂਡ ਬਣ ਗਿਆ ਬਿਆਸ ਤੇ ਸਤਲੁਜ ਨਦੀਆਂ ਆ ਕੇ ਜੁੜੀ ਉੱਥੇ ਅੱਗੇ ਲਾਤਾ ਡੈਮ ਲਾਤਾ ਤੇ ਉੱਥੇ ਜਿੰਨਾ ਪਾਣੀ ਖੜ ਗਿਆ ਉੱਥੇ ਆਪਣਾ ਹੀ ਇਕੋਸਿਸਟਮ ਬਣ ਗਿਆ ਇਹ ਬਣ ਗਿਆ ਬਿਹਾਰਾਜ ਇਹ ਆਪਾਂ ਯਾਦ ਰੱਖਣਾ ਹੈ ਇਹ ਪੈ ਜਾਂਦਾ ਕਪੂਰਥਲਾ ਤੇ ਇਹ ਪੈ ਜਾਂਦਾ ਹੈ ਤਰਨਤਾਰਨ ਇਹ ਯਾਦ ਰੱਖਣਾ ਹੈ ਇਹ ਵਾਲਾ ਹੈ ਕੇ ਐਲ ਲਿਖਦਾ ਕਪੂਰਥਲਾ ਤੇ ਇਹ ਟੀਟੀ ਲਿਖਦਾ ਮੈਂ ਰੱਖਦਾ ਹੈ ਤਰਨਤਾਰਨ ਗੱਲਾਂ ਧਿਆਨ ਰੱਖਣੀਆਂ ਠੀਕ ਹੈ ਜੀ ਤਾਂ ਜੀ ਹਰੀਕੇ ਵੈਟਲੈਂਡ ਬਾਰੇ ਹੀ ਗੱਲ ਹੋ ਰਹੀ ਹੈ ਤਾਂ ਜੀ ਵੈਟਲੈਂਡ ਆਲਸੋ ਹੋਮ ਟੂ ਸੈਵਰਲ ਸਪੀਸੀਜ਼ ਆਫ ਟਰਟਲ ਕਸ਼ੂਏ ਐਂਡ ਸਨੇਕ ਐਂਡ ਫਿਸ਼ ਨੇ ਇਟ ਰੇਅਰ ਇੰਡਸ ਰਿਵਰ ਡੋਲਫਿਨ ਕੈਨ ਆਲਸੋ ਬੀ ਸੀ ਯੂ ਆਪਾਂ ਗੱਲ ਕੀਤੀ ਹੈ ਬਿਆਸ ਨਦੀ ਹੀ ਹੈ ਅੱਗੇ ਜਾ ਕੇ ਨਦੀ ਤਾਂ ਉਹੀ ਹੈ ਦਾ ਡੋਲਫਿਨ ਦਾ ਤਾਂ ਹੈ ਨਹੀਂ ਵੀ ਉਹ ਉਧਰ ਦੀ ਸਾਈਡ ਹੀ ਰਹੂਗੀ ਇੱਧਰ ਵੀ ਆ ਸਕਦੀ ਹੈ ਤਾਂ ਜੀ this beautiful mammal ex, considered extinct in east punjab for decades confirmed its return to punjab waters ਗਿਵਨ ਇਟਸ ਐਂਡੇਂਜਰਡ ਸਟੇਟਸ ਇਟ ਇਜ਼ ਅ ਪ੍ਰਿਵੀਲੇਜ ਟੂ ਸਾਈ ਦੇਸ ਬਿਊਟੀਫੁਲ ਕਰੀਚਰ ਤਾਂ ਧਿਆਨ ਰੱਖਣਾ ਹੈ ਇੰਡਸ ਰਿਵਰ ਡਾਲਫਿਨ ਉਹਦਾ ਜਿਹੜਾ ਸਾਇੰਟਿਫਿਕ ਨਾ ਹੈ ਉਹ ਵੀ ਜਿਹੜਾ ਕੜਿਹਾਲ ਦੀ ਗੱਲ ਕੀਤੀ ਉਹਦਾ ਜਿਹੜਾ ਸਾਇੰਟਿਫਿਕ ਨਾ ਹੈ ਉਹ ਵੀ ਆਪਾਂ ਯਾਦ ਰੱਖਣਾ ਆਪਾਂ ਪਿੱਛੇ ਬਿਆਸ ਕਨਜ਼ਰਵੇਸ਼ਨ ਰਿਜ਼ਰਵ ਵਿੱਚ ਕਰਕੇ ਆਏ ਨੇ ਕਿਉਂਕਿ ਇੱਕ ਇੱਕ ਟਾਈਮ ਤੇ ਹੋਇਆ ਇਹ ਐਕਸਟਿੰਕਟ ਹੋ ਚੁੱਕੀ ਸੀ ਇਹ ਗਾਇਬ ਹੋ ਚੁੱਕੀ ਸੀ ਲੋਕਾਂ ਨੂੰ ਲੱਗਿਆ ਵੀ ਇਸ ਖਤਮ ਹੋ ਗਈ ਹੈ ਹੁਣ ਬਟ ਅੱਗੇ ਜਾ ਕੇ ਇਹ ਦੁਬਾਰੇ ਆ ਦੇਖੀਆਂ ਨੇ ਕਿੱਥੇ ਦੇਖੀਆਂ ਨੇ ਸਿਰਫ ਇੱਥੇ ਦੇਖੀਆਂ ਨੇ ਬਿਆਸ ਨਦੀ ਵਿੱਚ ਦੇਖੀਆਂ ਨੇ ਹੁਣ ਆਂਦੀ ਹੈ ਲਾਸਟ ਬਟ ਨਾਟ ਦਾ ਲੀਸਟ ਰੋਪੜ ਵੈਟਲੈਂਡ ਦੀ ਗੱਲ ਹੋ ਰਹੀ ਹੈ ਰੋਪੜ ਲੇਕ ਦੀ ਗੱਲ ਹੋ ਰਹੀ ਹੈ ਰੋਪੜ ਲੇਕ ਨੂੰ ਹੀ ਰੋਪੜ ਵੈਟਲੈਂਡ ਕਿਹਾ ਜਾਂਦਾ ਹੈ ਤਾਂ ਜੀ ਇਟ ਇਜ਼ ਅ ਹਿਊਮਨ ਮੇਡ ਵੈਟਲੈਂਡ ਆਫ ਲੇਕ ਐਂਡ ਰਿਵਰ ਫਾਰਮਡ ਬਾਇ ਦਾ 1952 ਕੰਸਟਰਕਸ਼ਨ ਆਫ ਅ ਬੈਰਾ ਡਾਇਵਰਟਡ ਫਾਰ ਡਾਇਵਰਜਨ ਆਫ ਵਾਟਰ ਫਰਮ ਰਿਵਰ ਸਤਲੁਜ ਰਿਵਰ ਤੋਂ ਤਾਂ ਇਹ ਬਣਿਆ ਜੀ ਸਤਲੁਜ ਰਿਵਰ ਤੋਂ ਬਣਿਆ ਹੈ ਇਹਦੇ ਉੱਤੇ ਵੀ ਬੈਰਾਜ ਬਣਿਆ ਸੀ 1952 ਵਿੱਚ ਤਾਂ ਇਹ ਜਿਹੜੀ ਲੇਕ ਬਣ ਗਈ ਹੈ ਸਤਲੁਜ ਸੌਰੀ ਰੋਪੜ ਵੈਟਲੈਂਡ ਇਹ ਰੋਪੜ ਲੇਕ ਬਣ ਗਈ ਹੈ ਤੇ ਨਦੀ ਤਾਂ ਪਿੱਛੇ ਹੈ ਹੀ ਹੈ ਸਤਲੁਜ ਨਦੀ ਰਾਸ਼ਾ ਰਾਣੀ ਕੇ ਗਰੇ ਪੰਜਾਬ ਜੀ ਕੇ ਵੀ ਆਣੀ ਆ ਰਾਸ਼ਾ ਰਾਣੀ ਕਿਹੜੇ ਪੇਪਰ ਚ ਅਰੇ ਉਪਰਵੈਟ ਲੈਂਡ ਦੀ ਗੱਲ ਕਰੀਏ ਤਾਂ 10 ਸਾਈਟ ਇਜ਼ ਐਨ ਇੰਪੋਰਟੈਂਟ ਬਰੀਡਿੰਗ ਪਲੇਸ ਫਾਰ ਦਾ ਨੈਸ਼ਨਲੀ ਪ੍ਰੋਟੈਕਟਿਡ ਸਮੂਥ ਇੰਡੀਅਨ ਆਟਰ ਹੌਗ ਡੀਅਰ ਸਾਂਬਰ ਐਂਡ ਸੈਵਰਲ ਰੈਪਟਾਈਲਜ਼ ਇਹ ਤੁਹਾਨੂੰ ਪੜਨ ਦੀ ਲੋੜ ਨਹੀਂ ਐ ਸਿਰਫ ਰੀਡਿੰਗ ਲਈ ਮਤਲਬ ਯਾਦ ਕਰਨ ਦੀ ਲੋੜ ਨਹੀਂ ਐ ਰੀਡਿੰਗ ਲਈ ਐ ਸੋ 35 ਸਪੀਸੀਜ਼ ਆਫ ਫਿਸ਼ ਪਲੇ ਐਨ ਇੰਪੋਰਟੈਂਟ ਰੋਲ ਐਂਡ 150 ਸਪੀਸੀਜ਼ ਆਫ ਲੋਕਲ ਐਂਡ ਮਾਈਗਰੇਟਰੀ ਬਰਡਸ ਆਰ ਸਪੋਰਟਿਡ ਇਹ ਵੀ ਕੁਝ ਨਹੀਂ ਸਿਰਫ ਸਿੰਪਲ ਰੀਡਿੰਗ ਲਈ ਹੈ ਕਹਿੰਦੇ ਕੁਝ ਨੈਸ਼ਨਲ ਪ੍ਰੋਟेक्टेड ਐਨੀਮਲਸ ਨੇ ਜਿਦਾ স্মੂਥ ਇੰਡੀਅਨ ਆਟਰ ਹੋ ਗਿਆ ਹੌਗ ਡੀਅਰ ਹੋ ਗਿਆ ਸਾਂਬਰ ਹੋ ਗਿਆ ਕੁਝ ਰੈਪਟਾਈਲਸ ਹੋ ਗਏ ਇਹ ਇੱਥੇ ਪਾਏ ਜਾਂਦੇ ਨੇ ਤੇ 35 ਸਪੀਸੀਜ਼ ਨੇ ਮੱਛੀਆਂ ਦੀ ਤੇ 150 ਸਪੀਸੀਜ਼ ਨੇ ਲੋਕਲ ਤੇ ਬਾਹਰਲੇ ਜਿਹੜੇ ਮਾਈਗਰੇਟਰੀ ਬਰਡਸ ਹੈ ਉਹਨਾਂ ਦੀ ਪਾਈ ਜਾਂਦੀ ਹੈ ਆਸ਼ਾ ਰਣੀ ਪੀਪੀਐਸਸੀ ਵਿੱਚ ਇੱਕ ਅੱਧਾ ਸਵਾਲ ਆ ਸਕਦਾ ਜੀਓਗ੍ਰਾਫੀ ਤੋਂ ਮੈਂ ਪਤਾ ਨਹੀਂ ਕਹਿ ਸਕਦਾ ਕਿਉਂਕਿ ਪੰਜਾਬ ਜੀਕੇ ਉਹਦੇ ਅੰਦਰ ਇਹ ਨਹੀਂ ਲਿਖਿਆ ਉਹਨੇ ਲਿਖਿਆ ਜਨਰਲ ਅਵੇਅਰਨੈਸ ਉਹਦੇ ਵਿੱਚ ਇਹ ਪੁੱਛੂਗੇ ਪੁੱਛ ਸਕਦੇ ਨੇ ਕੁਝ ਨਹੀਂ ਪਤਾ ਲੱਗਦਾ ਉਹ ਨਹੀਂ ਦੇਖੋ ਗੱਲ ਕੀ ਰਹਿੰਦੀ ਹੈ ਕੋਈ ਵੀ ਆਪਾਂ ਸਟੇਟ ਜੀਕੇ ਦੀ ਗੱਲ ਕਰ ਲਈਏ ਨਾ ਉਹਦੇ ਵਿੱਚ ਸਭ ਤੋਂ ਵੱਡ ਪ੍ਰੋਬਲਮ ਰਹਿੰਦੀ ਹੈ ਹਿਸਟਰੀ ਦੀ ਉਹਦੇ ਵਿੱਚ ਸਭ ਤੋਂ ਵੱਧ ਪ੍ਰੋਬਲਮ ਰਹਿੰਦੀ ਹੈ ਕਾਦੀ ਹਿਸਟਰੀ ਦੀ ਪ੍ਰੋਬਲਮ ਰਹਿੰਦੀ ਹੈ ਤੇ ਜੀਏ ਵਿੱਚ ਨਾ ਪੰਜਾਬ ਜੀਕੇ ਆਊਗੀ ਠੀਕ ਹੈ ਜੀ ਪੰਜਾਬ ਜੀਕੇ ਘਟ ਆਂਦੀ ਹੈ 노 ਡਾਊਟ ਘਟ ਆਂਦੀ ਹੈ ਪੰਜਾਬ ਤੇ ਕਰੰਟ ਅਫੇਅਰ ਘਟ ਆਂਦੇ ਨੇ ਪਰ ਕਰੰਟ ਅਫੇਅਰ ਤਾਂ ਬਹੁਤ ਹੀ ਘਟ ਆਂਦੇ ਨੇ ਬਟ ਪੰਜਾਬ ਜੀਕੇ ਤੇ ਪੰਜਾਬ ਦਾ ਪੇਪਰ ਆਊਗੀ ਤੁਹਾਡੇ ਤੋਂ ਜੀਓਗ੍ਰਾਫੀ ਬਾਰੇ ਪੁੱਛਿਆ ਜਾਊਗਾ ਤੁਹਾਡੇ ਤੋਂ ਪੋਲੀਟੀ ਬਾਰੇ ਪੁੱਛਿਆ ਜਾਊਗਾ ਤੋਡੇ ਤੋ ਹਿਸਟਰੀ ਬਾਰੇ ਪੁੱਛਿਆ ਜਾਊਗਾ ਜੇ ਤੁਸੀਂ ਹੁਣ ਤਿਆਰੀ ਕਰ ਰਹੇ ਤਾਂ ਹਿਸਟਰੀ ਛੱਡ ਕੇ ਸਿਰਫ ਜੀਓਗ੍ਰਾਫੀ ਤੇ ਪੋਲੀਟੀ ਵੱਲ ਨੂੰ ਧਿਆਨ ਦਿਓ ਆਪਾਂ ਕਲਚਰ ਵਿੱਚ ਨਹੀਂ ਜਾਣਾ ਪਿੱਛੇ ਨਹੀਂ ਜਾਣਾ ਉਹ ਨਹੀਂ ਦੇਖਣਾ ਵੀ ਉਹ ਨਾਟਕ ਕਿਹੜਾ ਹੋ ਗਿਆ ਉਹ ਡਾਂਸ ਕਿਹੜਾ ਹੋ ਗਿਆ ਪੀਪੀਐਸਸੀ ਦਾ ਪੇਪਰ ਹੈ ਥੋੜੇ ਸੀਰੀਅਸ ਸਵਾਲ ਆਉਂਦੇ ਰੋਪੜ ਲੇਕ ਉਹੀ ਹੈ ਲੋਕਲ ਫਿਸ਼ਰੀ ਦਾ ਇਕਨੋਮਿਕਲੀ ਸਿਗਨੀਫੀਕੈਂਟ ਐਂਡ ਵੀਟ ਰਾਈਸ ਆਰ ਕਲਟੀਵੇਟਿਡ ਇਨ ਦਾ ਸਰਾਊਂਡ ਏਰੀਆ ਕਹਿੰਦੇ ਗੰਨਾ, ਗਹਿੂ, ਚੌਲ ਲਾਏ ਜਾਂਦੇ ਨੇ, ਧਾਨ ਲਾਈ ਜਾਂਦੀ ਹੈ। ਡੀਫੋਰੈਸਟਿਡ ਲੋਕਲ ਹिल्स ਲੀਡਿੰਗ ਟੂ ਸਿਲਟੇਸ਼ਨ ਐਂਡ ਇਨਕਰੀਜ਼ਿੰਗ ਇੰਡਸਟਰੀਅਲਾਈਜ਼ੇਸ਼ਨ ਕਾਜ਼ ਆਨ ਇਨਫਲੋਅ ਐਂਡ ਪੋਲੂਟੈਂਟਸ ਕਹਿੰਦੇ ਵੀ ਨੇੜੇ ਢੇੜੇ ਵਾਲੇ ਕਿਉਂਕਿ ਫੈਕਟਰੀਆਂ ਬਹੁਤ ਨੇ ਪਲੇਨ ਏਰੀਆ ਹੋ ਜਾਂਦਾ ਤਾਂ ਜੀ ਇੱਧਰ ਫੈਕਟਰੀਜ਼ ਬਹੁਤ ਨੇ ਫੈਕਟਰੀਜ਼ ਕਰਕੇ ਪੋਪੂਲੇਸ਼ਨ ਬਹੁਤ ਹੈ ਤਾਂ ਕਰਕੇ ਥੋੜਾ ਜਿਹਾ ਪ੍ਰੋਬਲਮ ਵਿੱਚ ਹੈ ਪੰਛੀ ਪੁੰਛੀ ਦੇਖ ਹੀ ਰਹੇ ਤੁਸੀਂ ਕਿੰਨੇ ਘਟਨੇ ਇੱਥੇ ਉਹੀ ਪਿੱਛੇ ਵੀ ਗੱਲ ਕਹੀ ਹੈ ਵੀ ਸਿਰਫ 150 ਕੁਝ ਸਪੀਸੀਜ਼ ਨੇ 150 ਦੀ ਗੱਲ ਹੋ ਰਹੀ ਹੈ ਉਧਰ ਆਪਾਂ ਕਿੰਨੀ ਗੱਲ ਕੀਤੀ ਸੀ 20 20 ਹਜ਼ਾਰ ਦੀ ਗੱਲ ਕੀਤੀ ਸੀ ਹੈਨਾ ਤਾਂ ਜੀ ਹਾਂ ਹੁਣ ਗੱਲ ਕਰਦਾ ਵੀ ਲਾਰਜੈਸਟ ਰਾਮਸਰ ਸਾਈਟ ਇਹ ਪੰਜਾਬ ਦੀ ਆਪਾਂ ਪੜ ਚੁੱਕੇ ਨੇ ਸਾਰੀਆਂ ਹੁਣ ਲਾਰਜੈਸਟ ਰਾਮਸਰ ਸਾਈਟ ਹੋ ਜਾਂਦੀ ਹੈ ਸੁੰਦਰਬਨ ਵੈਟਲੈਂਡ ਹੋ ਜਾਂਦੀ ਹੈ ਕਿੱਥੇ West Bengal ਵਿੱਚ ਹੈ 4230 ਸਕੁਅਰ ਕਿਲੋਮੀਟਰ ਏਰੀਆ ਉਹ ਤੁਹਾਡੀ ਹੋਏ 44230 ਕਿਲੋਮੀਟਰ ਸਕੁਅਰ ਏਰੀਆ ਵਿੱਚ ਸੁੰਦਰਬਨ ਵੈਟਲੈਂਡ ਹੈ ਵੈਸਟ ਬੰਗਾਲ ਵਿੱਚ ਇਹ ਗੱਲ ਧਿਆਨ ਰੱਖਣੀ ਹੈ ਪੱਛਮੀ ਬੰਗਾਲ ਵਿੱਚ ਸੁੰਦਰਬਨ ਵੈਟਲੈਂਡ 4230 ਵਰਗ ਵਰਗ ਹੈ ਵਰਗ ਵਰਗ ਹੈ ਸਕੁਅਰ ਕਿਲੋਮੀਟਰ ਯਾਨੀ ਕਿ ਕਿਲੋਮੀਟਰ ਸਕੁਅਰ ਕਿਲੋਮੀਟਰ ਖੇਤਰ ਭਾਰਤ ਦਾ ਸਭ ਤੋਂ ਵੱਡਾ ਰਾਮਸਰ ਸਾਈਟ ਹੈ ਤੇ স্ম올ੈਸਟ ਦੀ ਗੱਲ ਕਰੀਏ ਤਾਂ স্ম올ੈਸਟ ਹੋ ਜਾਂਦਾ ਜੀ ਰੇਣੂਕਾ ਵੈਟਲੈਂਡ ਜੇ ਤੁਸੀਂ ਚੰਡੀਗੜ੍ਹ ਵੱਲ ਨੂੰ ਚੰਡੀਗੜ੍ਹ ਤੋਂ ਕਦੇ ਹਿਮਾਚਲ ਨੂੰ ਗਏ ਹੋ ਤਾਂ ਜੀ ਉੱਥੇ ਨਾਹਣ ਆਂਦੀ ਥਾਂ ਹੈ ਨਾਨ ਦੇ ਕੋਲੇ ਇੱਕ ਥਾਂ ਹੈ ਰੇਣੂਕਾ ਜੀ ਇੱਥੇ ਇੱਥੇ ਪਾਇਆ ਜਾਂਦਾ ਕਿ ਇਹ ਰੇਣੁਕਾ ਜਿਹੜਾ ਵੈਟਲੈਂਡ ਹੈ ਹਿਮਾਚਲ ਪ੍ਰਦੇਸ਼ ਵਿੱਚ ਸਿਰਫ 0.2 ਸਕੁਅਰ ਕਿਲੋਮੀਟਰ ਏਰੀਆ ਦਾ ਸਮਾਲੈਸਟ ਰਾਮਸਰ ਸਾਈਟ ਬਣਦੀ ਹੈ ਇਹ ਇੰਡੀਆ ਵਿੱਚ ਬਾਜਕਟ ਇੱਕ ਮਿੰਟ ਰੁਕੋ ਵੱਲੋਂ ਚੰਡੀਗੜ੍ਹ ਤੋਂ ਕਦੇ ਹਿਮਾਚਲ ਨੂੰ ਗਏ ਹੋ ਨਾ ਜੀ ਬਾਜ ਬਿਲਕੁਲ ਠੀਕ ਹੈ ਐਦਾਂ ਨਾ ਹੋ ਬਾਜ ਬਿਲਕੁਲ ਠੀਕ ਹੈ ਭਾਰਤ ਮਹਾਜਨ ਤਾਂ ਜੀ ਸਭ ਤੋਂ ਛੋਟੀ ਹੋ ਜਾਂਦੀ ਹੈ ਹਿਮਾਚਲ ਪ੍ਰਦੇਸ਼ ਵਿੱਚ ਰੇਨੂਗਾ ਵੈਟਲੈਂਡ 0.2 ਵਰਗ ਮੀਟਰ ਨਹੀਂ ਯਾਰ ਕਿਲੋਮੀਟਰ ਹੈ ਪਤਾ ਨਹੀਂ ਕੀ ਲਿਖਿਆ ਪੰਜਾਬੀ ਵਿੱਚ ਕਿਲੋ ਮੀਟਰ ਵਰਗ ਕਿਲੋਮੀਟਰ ਖੇਤਰ ਦਾ ਭਾਰਤ ਦਾ ਸਭ ਤੋਂ ਛੋਟਾ ਰਾਮਸਰ ਸਾਈਟ ਹੈ ਤੇ ਪਹਿਲੀ ਰਾਮਸਰ ਸਾਈਟ ਕਿਹੜੀ ਹੋ ਜਾਂਦੀ ਹੈ ਪਹਿਲੀ ਰਾਮਸਰ ਸਾਈਟ ਹੋ ਜਾਂਦੀ ਹੈ ਜਾਂਜੀ ਕੇੋਲਾਦੇਓ ਕਹਾਨਾ نیشنل ਪਾਰਕ ਰਾਜਸਥਾਨ ਵਿੱਚ ਤੇ ਚਿਲਕਾ ਲੇਕ ਓਡੀਸ਼ਾ ਵਿੱਚ ਬਣ ਜਾਂਦੀ ਹੈ ਪਹਿਲੀ ਨੈਸ਼ਨਲ ਸੌਰੀ ਪਹਿਲੀ ਰਾਮਸਰ ਸਾਈਟਸ ਇੰਡੀਆ ਦੀਆਂ ਠੀਕ ਹੈ ਜੀ ਤੇ ਹੁਣ ਇਹ ਮਸਾਰੀ ਦੀ ਸਾਰੀ ਜਿਹੜੀ 47 ਦੀ 47 ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਕਿਉਂਕਿ ਜ਼ਰੂਰੀ ਹੋ ਜਾਂਦਾ ਕਈ ਵਾਰੀ ਕੋਈ ਕਹਿੰਦਾ ਸਰ ਇਹ ਕਿੱਥੇ ਸੀ ਉਹ ਕਿੱਥੇ ਸੀ ਤੁਸੀਂ ਗੂਗਲ ਨਾ ਕਰਦੇ ਫਿਰੋ ਇਸ ਵੀਡੀਓ ਵਿੱਚ ਤੁਹਾਨੂੰ ਮਿਲ ਜੂਗੀਆਂ ਕਿਹੜੀਆਂ ਕਿਹੜੀਆਂ ਜੰਮੂ ਕਸ਼ਮੀਰ ਵਿੱਚ ਹੋਕੇਰਾ ਵੈਟਲੈਂਡ ਸੋਰੀ ਸਰਵਾਨ ਸਰ ਵੂਲਰ ਲਦਾਖ ਵਿੱਚ ਸੋਕਰ ਸੋ ਮੋਰੀਰੀ ਲੇਕ ਹਰਿਆਣਾ ਵਿੱਚ ਇਹ ਲੇਟੈਸਟ ਬਣੀ ਸੀ ਪਿਛਲੇ ਸਾਲ 2021 ਦੀ ਗੱਲ ਹੋਈ ਹੈ ਨਾ ਯਾ 2021 ਵਿੱਚ ਇੱਕ ਵਿੱਚ ਪੰਜ ਬਣੀਆਂ 21 ਵਿੱਚ ਇੱਕ ਤਾਂ ਬਣੀ ਹੈ ਜਿਹੜੀ ਹైదਰਪੁਰ ਵੈਟਲੈਂਡ ਦੀ ਗੱਲ ਕੀਤੀ ਹੈ ਮੈਂ ਹੈਨਾ ਇਹ ਬਣੀ ਹੈ ਕਿਉਂਕਿ ਦਸੰਬਰ 2021 ਵਿੱਚ ਆਪਾਂ ਗੱਲ ਕਰੀਏ ਅਗਸਟ 2021 ਵਿੱਚ ਤਾਂ ਉਹਦੇ ਵਿੱਚ ਦੋ ਹਰਿਆਣਾ ਵਿੱਚ ਬਣੀ ਸੀ ਤੇ ਦੋ ਬਣੀ ਸੀ ਗੁਜਰਾਤ ਵਿੱਚ ਹਰਿਆਣਾ ਵਿੱਚ ਕਿਹੜੀ ਕਿਹੜੀ ਬਣੀ ਸੀ ਭਿੰਡਾਵਾਦ ਵਾਈਲਡਲਾਈਫ ਸੈਂਚਰੀ ਤੇ ਸੁਲਤਾਨਪੁਰ نیشنل پارک ਤੇ ਯਾਦ ਰੱਖਣਾ ਇਹ ਕਿਹੜੀ ਕਿਹੜੀ ਸੀ ਹਰਿਆਣਾ ਵਿੱਚ ਅਗਸਤ 2021 ਤੁਹਾਡੇ ਪੇਪਰ ਚ ਆਊਗਾ ਕੋਈ ਵੀ ਪੇਪਰ ਦੀ ਤਿਆਰੀ ਕਰ ਰਹੀ ਹੋ ਉਹਦੇ ਵਿੱਚ ਇਹ ਸਵਾਲ ਆਊਗਾ ਆ ਸਕਦਾ ਹੈ ਕਿਉਂਕਿ ਅਗਸਤ 2021 ਪਿਛਲੇ 7 7ਵੇਂ ਨਹੀਂ ਹੋਇਆ ਅਜੇ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ 6ਵਾਂ ਮਹੀਨਾ ਨਹੀਂ ਚੱਲ ਰਿਹਾ ਅਜੇ ਅਗਸਤ ਤੋਂ ਬਾਅਦ ਤਾਂ ਹਰਿਆਣਾ ਚ ਕਿਹੜੀ ਕਿਹੜੀ ਤੇ ਭਿੰਡਾਵਾਦ ਵਾਈਲਡਲਾਈਫ ਸੈਂਚਰੀ ਤੇ ਸੁਲਤਾਨਪੁਰ نیشنل پارک ਤੇ ਗੁਜਰਾਤ ਵਿੱਚ ਥੀ ਇੱਕ ਕਿੱਥੇ ਆ ਸਾਡਾ ਗੁਜਰਾਤ ਹਾਂ ਇੱਕ ਤਾਂ ਥੋਲ ਵਾਈਲਡਲਾਈਫ ਸੈਂਚੁਰੀ ਆ ਗਈ ਥੱਲੇ ਤੇ ਦੂਜੀ ਹੋ ਗਈ ਨਾਲ ਸਰੋਵਰ ਸੈਂਚੁਰੀ ਵਾਧਵਾਨਾ ਵੈਟਲੈਂਡ ਤਿੰਨ ਹੋ ਗਏ ਇੱਥੇ ਇੱਥੇ ਹੋ ਗਈ ਥੋਲ ਹੋਗੀ ਤੇ ਇੱਕ ਹੋ ਗਈ ਵਾਧਵਾਨਾ ਵੈਟਲੈਂਡ ਤਾਂ ਇਹ ਚਾਰੇ ਵੀ ਤੁਸੀਂ ਯਾਦ ਰੱਖਣੀਆਂ ਥੋਲ ਤੇ ਵਾਧਵਾਨਾ ਤੇ ਹਰਿਆਣਾ ਵਿੱਚ ਕਿੱਥੇ ਹਰਿਆਣਾ ਦੇ ਨਾਲ ਹੀ ਲਿਖ ਦੇਣਾ ਹੈ ਨਾ ਕਿੱਥੇ ਗਿਆ ਆਪਣਾ ਹਰਿਆਣਾ ਹਾਂ ਇਹ ਰਿਹਾ ਤਾਂ ਜੀ ਇੱਥੇ ਆਪਾਂ ਨਾਲ ਹੀ ਲਿਖ ਦੇਣਾ ਤਾਂ ਗੁਜਰਾਤ ਵਿੱਚ ਕਿਹੜੇ-ਕਿਹੜੀ ਸੀ ਥੋਲ ਤੇ ਵਾਧਵਾਨਾ ਥੋਲ ਤੇ ਬਾਦਵਾਣਾ ਤੇ ਹਰਿਆਣਾ ਵਿੱਚ ਕਿਹੜੇ-ਕਿਹੜੇ ਆ ਭਿੰਡਾਵਾਸ ਤੇ ਸੁਲਤਾਨਪੁਰ ਇਹ ਅਗਸਤ 2021 ਵਿੱਚ ਬਣੀ ਹੈ ਤਾਂ ਇਹ ਵੀ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਬਾਕੀ ਦਸੰਬਰ ਵਿੱਚ ਜਿਹੜੀ ਲੇਟੈਸਟ ਬਣੀ ਹੈ ਬਿਲਕੁਲ 47 ਜਿਹੜੀ ਹੈ ਹైదਰਪੁਰ ਵੈਟਲੈਂਡ ਹੈ ਹਸਤੇਨਾਪੁਰ ਵਾਈਲਡ ਲਾਈਫ ਸੈਂਚਰੀ ਦੇ ਅੰਦਰ ਉੱਤਰ ਪ੍ਰਦੇਸ਼ ਵਿੱਚ ਹੈ ਇੰਡੀਆ ਦੀ 47 ਬਣ ਜਾਂਦੀ ਹੈ ਹਾਂਜੀ ਐਸਐਸਟੀ ਰੇਸ਼ਮ ਕੌਰ ਦਾ ਹਾਂਜੀ ਹਾਂਜੀ ਹੋ ਰਿਹਾ ਹੈ ਹੋ ਰਿਹਾ ਹੈ ਰੇਸ਼ਮ ਪਰ 2 ਮਿੰਟ 5 ਮਿੰਟ ਰੁਕ ਜਾਓ ਤੁਹਾਨੂੰ ਮੈਂ ਦੱਸ ਵੀ ਦੇਣਾ ਕਿੱਥੇ ਬਾਏ ਕਰਨਾ ਐਸਐਸਟੀ ਲਈ ਵੀ ਦੇ ਰਿਹਾ ਮੈਥ ਲਈ ਵੀ ਦੇ ਰਿਹਾ ਤੇ ਪੰਜਾਬੀ ਲਈ ਵੀ ਦੇ ਰਿਹਾ ਤਾਂ ਜੀ ਠੀਕ ਹੈ ਇਹ ਹੋ ਗਈਆਂ ਫਿਰ ਪੰਜਾਬ ਦੀ ਆਪਾਂ ਇਹ ਕਰ ਲਈਆਂ ਇਹ ਆਪਾਂ ਡੇਟਾ ਵੀ ਯਾਦ ਰੱਖਣੀਆਂ ਨੇ ਸਭ ਤੋਂ ਵੱਡੀ ਚੌਹਟ ਹੈ ਸਭ ਤੋਂ ਛੋਟੀ 1.16 ਨੰਗਲ ਵਾਈਲਡਲਾਈਫ ਹੈ ਸਭ ਤੋਂ ਵੱਡੀ ਕੰਜ਼ਰਵੇਸ਼ਨ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਹੈ ਫਿਰ ਅੱਗੇ ਉੱਤਰ ਪ੍ਰਦੇਸ਼ ਦੀ ਆਪਾਂ ਕਰ ਚੁੱਕੇ ਸੀ ਉੱਤਰ ਪ੍ਰਦੇਸ਼ ਤਾਂ ਬਹੁਤ ਸਾਰੀਆਂ ਨੇ ਹਾਂ ਜੀ ਫਿਰ ਰਾਜਸਥਾਨ ਦੀ ਕਿਉ ਉਲਾਦੋ ਘਾਣਾ نیشنل ਪਾਰਕ ਸਾਂਭਰ ਲੈਕ ਅਸਮ ਦੇ ਦੀਪਰ ਬੋਲ ਰੁਦਰ ਸਾਗਰ ਲੈਕ ਲੋਕਟਕ ਲੈਕ ਇਹ ਨਾ ਕਿ ਹੁਣ ਮੈਨੂੰ ਕੱਲ ਕੋਈ ਕਹਿੰਦੀ ਸੀ ਕਿਸੇ ਦਾ ਕਮੈਂਟ ਆਇਆ ਹੋਇਆ ਸੀ ਕਹਿੰਦੇ ਸਰ ਐਕਸਪਲੇਨ ਵੀ ਕਰ ਦਿਓ ਕੱਲੇ ਪੜੇ ਜਾ ਰਹੇ ਹੋ ਕਿਉਂਕਿ ਇਹ ਚੀਜ਼ਾਂ ਹੈ ਹੀ ਸਿਰਫ ਪੜਨ ਵਾਲੀਆਂ ਨੇ ਕਿਉਂਕਿ ਆਪ ਕਲਾਸ ਲਾ ਰਹੇ ਆ ਪੰਜਾਬ ਤੇ ਪੰਜਾਬ ਦੇ ਰਾਮਸਰ ਸਾਈਟਸ ਤੇ ਠੀਕ ਹੈ ਜੀ ਤਾਂ ਇਹ ਹੋ ਗਈ 46 ਹੋ ਗਈ ਤੇ 47th ਮੈਂ ਲਿਖੀ ਹੋਈ ਨਹੀਂ ਹੈ 47th ਹੋ ਜਾਂਦੀ ਹੈ ਯੂਪ ਵਿੱਚ ਹੋ ਜਾਂਦੀ ਹੈ ਹੈਦਰਪੁਰ ਵੈਟਲੈਂਡ ਹੈਦਰਪੁਰ ਵੈਟਲੈਂਡ ਹੋ ਜਾਂਦੀ ਹੈ ਇਹ ਹੋਈ ਸੀ 2021 ਵਿੱਚ ਹੀ ਹੋਈ ਸੀ ਇਹ ਆਪਾਂ ਗੱਲ ਧਿਆਨ ਰੱਖਾਂਗੇ ਠੀਕ ਹੈ ਜੀ ਤਾਂ ਜੀ ਇਹ ਸਾਰੇ ਬੈਚ ਨੇ ਬੈਚ ਬਾਰੇ ਜਿਹੜੇ ਪੁੱਛਦੇ ਨੇ ਇਹ ਸਾਰੇ ਬੈਚ ਹੁਣ ਲੇਟੈਸਟ ਨਹੀਂ ਤਾਂ ਜੀ 28 ਜਨਵਰੀ ਤੋਂ 28 ਜਨਵਰੀ ਤੋਂ ਦੋ ਬੈਚ ਸ਼ੁਰੂ ਹੋਣ ਜਾ ਰਹੇ ਨੇ ਪੀਪੀਐਸਸੀ ਦੇ ਸਪੈਸ਼ਲ ਇੱਕ ਤਾਂ ਕੋਆਪਰੇਟਿਵ ਇਨਸਪੈਕਟਰ ਹੋਣ ਜਾ ਰਿਹਾ ਤੇ ਨਾਲ ਨਾਲ ਦੂਜਾ ਨਾਇਬ ਤਹਿਸੀਲਦਾਰ ਹੋਣ ਜਾ ਰਿਹਾ ਹੈ ਕਰੰਟ ਅਫੇਅਰ ਮੈਂ ਹੀ ਕਰਾਂਗਾ ਉਹਦੇ ਵੀ ਜੇ ਤੁਹਾਨੂੰ ਲੱਗਦਾ ਵਧੀਆ ਕਰਾਨਾ ਮੈਂ ਤਾਂ ਜੀ ਜ਼ਰੂਰ ਬਾਏ ਕਰ ਸਕਦੇ ਹੋ ਇਹ ਦੋਨੇ ਨੇ ਤਾਂ ਜੀ ਵਾਏ 383 ਵਾਏ 383 ਕੋਡ ਲਾ ਕੇ ਤੁਸੀਂ ਵਾਏ 383 ਵਾਏ 3 ट्रांसएक्ट कोड ਲਾ ਕੇ ਤੁਸੀਂ ਬਾਏ ਕਰ ਸਕਦੇ ਹੋ ਤੇ ਮਾਸਟਰ ਕਾਰਡ ਦਾ ਜੇ ਕੋ ਪੰਜਾਬੀ ਦਾ ਵੀ ਹੈ ਮੈਥ ਦਾ ਵੀ ਹੈ ਤੇ ਸੋਸ਼ਲ ਸਾਇੰਸ ਦਾ ਵੀ ਹੈ 1 ਮਿੰਟ ਰੁਕੋ ਤੁਹਾਨੂੰ ਮੈਂ ਦੱਸ ਦੇਣਾ ਜਿਨ੍ਹਾਂ ਨੇ ਪੁੱਛਿਆ ਮਾਸਟਰ ਕਾਰਡ ਬਾਰੇ ਕਿੱਦਾਂ ਬਾਏ ਕਰਨਾ ਪਹਿਲਾਂ ਤਾਂ ਤੁਸੀਂ ਉਹੀ ਕਰਨਾ ਕੀ ਕਰਨਾ Google ਖੋਲਣਾ ਆਪਣਾ ਸਾਡਾ Google ਨਹੀਂ ਮਿਲ ਰਿਹਾ ਇੱਥੇ 1 ਮਿੰਟ ਰੁਕੋ ਪਹਿਲਾਂ ਤਾਂ ਜੀ Google ਖੋਲ ਲਓ ਆਪਣਾ adda247.com ਖੋਲ ਲਓ ਜਾਂ ਫਿਰ ਜੇ ਤੁਹਾਡੇ ਕੋਲ adda247 ਦੀ ਐਪ ਹੈ ਤਾਂ ਸਭ ਤੋਂ ਵਧੀਆ ਉੱਥੇ ਥੋੜਾ ਜਿਹਾ ਹੋਰ ਆਫ ਮਿਲ ਜਾਂਦਾ ਥੋੜਾ ਹੋਰ ਡਿਸਕਾਊਂਟ ਮਿਲ ਜਾਂਦਾ ਜਿੱਦਾਂ ਸਾਡਾ ਕੋਡ ਜਿਹੜਾ ਮੈਂ ਦੱਸੂਗਾ ਤੁਹਾਨੂੰ ਕੋਡ ਤੋਂ ਤੁਹਾਨੂੰ ਪਾਊਗਾ 75 ਤੋਂ 70 ਇਹ ਸੌਰੀ 78% ਤੱਕ ਆਫ ਮਿਲ ਜਾਂਦਾ ਤੁਹਾਨੂੰ ਬਟ ਜਿਹੜਾ ਓਹੋ ਐਪ ਹੋ ਗਈ ਐਪ ਤੋਂ ਥੋੜਾ ਜ਼ਿਆਦਾ ਮਿਲ ਜਾਂਦਾ ਇੱਥੇ ਲਿਖੋਗੇ adda247.com ਓਪਨ ਕਰਨਾ ਤੁਸੀਂ ਤੇ ਇਹ ਖੁੱਲ ਗਿਆ ਦੇਖ ਸਕਦੇ ਹੋ ਤੁਸੀਂ ਹੈਨਾ ਇਹ ਖੁੱਲ ਗਿਆ ਜੀ ਤਾਂ ਇੱਧਰ ਸਰਚ ਕਰਕੇ ਦੇਖੋ ਪਹਿਲਾਂ ਤਾਂ ਮੈਂ ਵੀ ਕਿਤਾ ਨਹੀਂ ਹਜੇ ਮਾਸਟਰ ਕਾਰਡਰ ਲਿਖ ਲਿਓ ਮਾਸਟਰ ਕਾਰਡਰ ਸੀ ਏ ਡੀ ਆਰ ਈ ਤਾਂ ਮਾਸਟਰ ਕਾਰਡਰ ਲਿਖਿਆ ਮੈਂ ਤੇ ਇਹ ਆ ਗਏ ਜੀ ਬੈ ਬਿਲਕੁਲ ਮਾਸਟਰ ਕਾਰਡ ਲਿਖਦੇ ਹੀ ਬੈਚ ਆ ਗਏ ਸੀ ਏ ਡੀ ਆਰ ਇਹ ਸਪੈਲਿੰਗ ਜਰੂਰ ਠੀਕ ਕਰਨੀ ਹੈ ਠੀਕ ਹੈ ਤਾਂ ਇਹ ਦੇਖੋ ਮੈਥ ਦਾ ਪਿਆ ਇਹ ਸੋਸ਼ਲ ਸਾਇੰਸ ਦਾ ਪਿਆ ਤੇ ਇਹ ਪੰਜਾਬੀ ਦਾ ਪਿਆ ਸੋਸ਼ਲ ਸਾਇੰਸ ਦੀ ਗੱਲ ਕਰ ਰਹੇ ਇਹਦੇ ਵਿੱਚ ਕੀ ਹੋਊਗਾ ਵੀਡੀਓ ਕਲਾਸਿਸ ਹੋਣਗੀਆਂ ਤੁਹਾਡੀ ਸਪੈਸ਼ਲ ਹੋਣਗੀਆਂ ਆ ਦੋ ਇੱਕ ਸਰ ਨੇ ਇੱਕ ਮੈਡਮ ਨੇ ਇਹ ਦੋਨੇ ਤੁਹਾਨੂੰ ਕਰਾਉਣਗੇ ਬਟ 8000 ਦਾ ਕਹਿ ਰਿਹਾ ਬਟ ਆਪਾਂ 8000 ਨਹੀਂ ਲੈਣਾ ਆਪਾਂ ਸਸਤਾ ਹੀ ਦਿਵਾਵਾਂਗੇ ਤੁਹਾਨੂੰ ਥੋਡੇ ਲਈ coupon code special Y383Y383 ਕੀ ਹੈ ਕੋਡ Y383Y383 ਕੋਡ ਲਾਉਂਦੇ ਤੁਹਾਨੂੰ ਪੈ ਗਿਆ ਇਹ 1840 ਦਾ ਸਿਰਫ 1840 ਦਾ ਪੈ ਗਿਆ ਠੀਕ ਹੈ ਜੀ ਰੇਸ਼ਮ ਕਰਤਾ ਛੇਤੀ ਤੋਂ ਛੇਤੀ ਬਾਏ ਕਰ ਲਓ ਕਿਉਂਕਿ 24 ਜਨਵਰੀ ਤੋਂ ਇਹ ਬੈਚ ਸ਼ੁਰੂ ਹੋ ਰਿਹਾ ਤੇ ਬਾਕੀ ਤੁਹਾਡੇ ਕੋਈ ਜਾਣਕਾਰ ਹੋਣ ਜਿਨ੍ਹਾਂ ਨੇ ਸੋਸ਼ਲ ਸਾਇੰਸ ਦੇ ਅਲਾਵਾ ਮੈਥ ਤੇ ਪੰਜਾਬੀ ਵਿੱਚ ਵੀ ਕਰਨਾ ਹੋਵੇ ਤਾਂ ਜੀ ਪੰਜਾਬੀ ਦੇ ਸਰ ਨੇ ਇਹਨਾਂ ਦਾ ਵੀ ਉਹੀ ਪ੍ਰੋਸੀਜਰ ਕਰਨਾ ਕੀ ਹੈ view offers ਤੇ ਜਾਣਾ ਹੈ ਤੇ ਇੱਥੇ ਇੱਕ discount code ਦੇਖੋ ਇੱਕ ਤਾਂ ਇਹਨਾਂ ਦਾ ਕੋਡ ਹੈ ਇਹ ਲਾਉਂਗੇ ਤੁਹਾਨੂੰ ਪਊਗਾ ਇਹ 2000 ਦਾ ਪਟਾਪਾ ਹੋਰ ਸਸਤਾ ਕਰਨਾ ਤਾਂ ਆਪਾਂ ਕੋਡ ਕਿਹੜਾ ਲੈਣਾ Y383 Y383 ਇਹ ਪੈਗਾ ਤੁਹਾਨੂੰ 1840 ਦਾ ਉਦਾਂ ਹੀ ਜਿਹੜੇ PPCS ਵਾਲੇ ਨੇ PPCS ਵਾਲੇ ਨੂੰ ਸਰਚ ਕਰਨਾ PPCS PPCS ਸਰਚ ਕਰ ਦੇ ਐਂਟਰ ਦਾ ਬਣਾ ਤਾਂ ਇਹ ਦੋਨੇ ਤੁਹਾਡੇ ਕੋਲ ਆਉਣਗੇ PPCS ਨੈਪ ਤੇ ਸਿੱਧਾ ਤੇ PPCS ਕੋਆਪਰੇਟਿਵ ਇਨਸਪੈਕਟਰ ਤੇ 28 ਜਨਵਰੀ ਤੋਂ ਬੈਚ ਸ਼ੁਰੂ ਹੋ ਰਿਹਾ ਹੈ ਕਰੰਟ ਅਫੇਅਰ ਮੈਂ ਹੀ ਕਰਾਉਂਗਾ ਜੇ ਨਾਲ ਮੇਰੇ ਜੁੜਨਾ ਚਾਹੁੰਦੇ ਤਾਂ ਜਰੂਰ ਆਓ ਤੁਹਾਡਾ ਕੈਮਰਾ ਔਨ ਹੋਊਗਾ ਮੇਰਾ ਕੈਮਰਾ ਔਨ ਹੋਊਗਾ ਜਿੱਦਾਂ ਆਪਾਂ ਲਾਈਵ ਕਲਾਸ ਚੱਲਦੇ ਨੇ ਵੀਡੀਓ ਕਾਲ ਕਰਦੇ ਆਪਾਂ ਉਦਾਂ ਗੱਲਾਂ ਕਰਾਂਗੇ ਤੁਸੀਂ ਬੋਲ ਕੇ ਮੈਥੋਂ ਪੁੱਛੋਗੇ ਮੈਂ ਉਦਾਂ ਕੰਮ ਨਹੀਂ ਕਰਦਾ ਵੀ ਕੈਮਰਾ ਬੰਦ ਕਰਤਾ ਆਪਾਂ ਕਰਾਈਗੇ ਤੁਹਾਡਾ ਕੈਮਰਾ ਔਨ ਮੇਰਾ ਕੈਮਰਾ ਔਨ ਤੁਸੀਂ ਬੋਲ ਕੇ ਮੈਥੋਂ ਡਾਊਟ ਪੁੱਛੋਗੇ ਦੇਖੋ ਸਵਾਲ ਤਾਂ ਤਾਂ ਹੀ ਆਉਂਦਾ ਪੜ੍ਹਨ ਦਾ ਇਧਰ ਵੀ ਕਿਦਾਂ ਹੀ ਉਹੀ ਸੇਮ ਪ੍ਰੋਸੈਸ ਵੀਓ ਆਫਰਸ ਇਧਰ ਵਾਏ 383 ਵਾਏ 383 ਕੋਡ ਲਾ ਇਹ ਪੈਗਾ ਤੁਹਾਨੂੰ 1800 40 ਦਾ ਪੈ ਗਿਆ ਤੇ ਬਾਕੀ ਜੇ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਹੋਰ ਜੁੜਨਾ ਵੀ ਪੰਜਾਬ ਦੇ ਹੋਰ ਪੇਪਰ ਵੀ ਆ ਰਹੇ ਨੇ ਤਾਂ ਜੀ ਉਹਦੇ ਲਈ ਇੱਕ ਚੀਜ਼ ਆਂਦੀ ਹੈ ਉਹਦੇ ਲਈ ਤੁਸੀਂ ਕਰਨਾ ਪੈਣਾ ਸਰ ਜੀ ਪੰਜਾਬ ਕਾ ਮਹਾ ਪੈਕ ਪੰਜਾਬ ਕਾ ਮਹਾ ਪੈਕ ਇਹਦੇ ਵਿੱਚ ਕੀ ਹੋਊਗਾ ਇਹਦੇ ਵਿੱਚ ਤੁਹਾਨੂੰ 1 ਸਾਲ ਦੀ ਵੈਲਿਡਿਟੀ ਮਿਲ ਜੂਗੀ ਉਹਦੇ ਵਿੱਚ ਜਿੰਨੇ ਵੀ ਪੇਪਰ ਹੋਣਗੇ 1 ਸਾਲ ਤੱਕ ਪੰਜਾਬ ਜਿਹੜੇ ਵੀ ਪੰਜਾਬ ਵੱਡਾ 247 ਕਰਾਊਗਾ ਉਹ ਸੋਡੇ ਸਾਰੇ ਤੁਹਾਨੂੰ ਉਹਨਾਂ ਦੀ ਲਾਈਵ ਕਲਾਸਿਸ ਪੀਡੀਐਫ ਰਿਕਾਰਡਡ ਕਲਾਸਿਸ ਟੈਸਟ ਸੀਰੀਜ਼ ਮੌਕ ਟੈਸਟ ਸਭ ਕੁਝ ਤੁਹਾਨੂੰ ਫ੍ਰੀ ਮਿਲੇਗਾ ਪੂਰੇ 1 ਸਾਲ ਲਈ ਹੁਣ ਕਈ ਬੱਚੇ ਕਹਿਣਗੇ ਸਰ ਅਸੀਂ 1 ਸਾਲ ਤੱਕ ਤਿਆਰੀ ਨਹੀਂ ਕਰਨੀ ਦੇਖੋ ਜੀ ਪੇਪਰ ਦਾ ਕੋਈ ਪ੍ਰੋਸੈਸ ਹੁੰਦਾ ਨਾ ਉਹ 1 ਸਾਲ ਤਾਂ ਘੱਟੋ ਘੱਟ ਚੱਲਦਾ ਹੀ ਆ ਬੈਂਕ ਦਾ ਵੀ ਗੱਲ ਕਰੀ ਬੈਂਕ ਦਾ ਵੀ 8 ਤੋਂ 10 ਮਹੀਨੇ ਚੱਲਦਾ ਹੈ SSC ਦਾ 1 ਤੋਂ 1.5 ਸਾਲ ਚੱਲਦਾ ਹੈ ਉਦਾਂ ਹੀ ਪੰਜਾਬ ਦੀ ਗੱਲ ਕਰੀ ਪੰਜਾਬ ਦੇ ਪੇਪਰ ਦਾ ਹੀ ਪ੍ਰੋਸੈਸ ਹੈ ਘੱਟੋ ਘੱਟ ਉਹ 10-12 ਮਹੀਨੇ ਤਾਂ ਚੱਲਦਾ ਹੀ ਹੈ ਤਾਂ ਜੀ ਜਿੱਦਾਂ PSPCL ਦਾ ਪ੍ਰੀ ਹੋ ਗਿਆ ਜੇ ਕਿਸੇ ਕੋਲ ਜੇ ਕਿਸੇ ਨੇ ਸਾਡੇ ਕੋਲ PSPCL ਪ੍ਰੀ ਪੜਿਆ ਹੋਵੇ ਤਾਂ ਉਹਨੂੰ PSPCL ਦਾ ਉਹਨੂੰ ਮੇਨਸ ਦਾ ਅੱਧ ਤੋਂ ਬੈਚ ਲੈਣਾ ਪਿਆ ਬਟ ਉਹਦੇ ਕੋਲ ਦੇ ਪੰਜਾਬ ਦਾ ਮਹਾਪੈਕ ਹੁੰਦਾ ਉਹਦਾ ਇਹ ਬੈਚ ਫ੍ਰੀ ਹੁੰਦਾ ਨਾਲ ਨਾਲ ਟੈਸਟ ਸੀਰੀਜ਼ ਵੀ ਫ੍ਰੀ ਹੁੰਦੀ ਤਾਂ ਇੱਥੇ ਵੀ ਕੀ ਕਰਨਾ ਬਾਇ ਤੇ ਇੰਟਰਸੇ ਕੋਡ ਲਾਇਆ ਤੇ ਇਹ ਪੈ ਗਿਆ ਤੁਹਾਨੂੰ 3219 ਦਾ ਠੀਕ ਹੈ ਜੀ ਇਹ ਸੀਗੀਆਂ ਗੱਲਾਂ ਤੁਹਾਡੇ ਨਾਲ ਜਿਹੜੀਆਂ ਮੈਂ ਸਾਂਝੀ ਕਰਨੀ ਸੀਗੀ ਕੁਝ ਵੀ ਬਾਇ ਕਰ ਸਕਦੇ ਹੋ ਸਾਰੇ ਵੇਚਾਂ ਤੋਂ ਤੁਹਾਡੇ ਲਈ ਇੱਕ ਕੋਡ ਹੈ ਬਹੁਤ ਸਪੈਸ਼ਲ ਦਾ ਤੇ ਪੀਪੀਐਸਸੀ ਵਾਲੇ ਟੈਸਟ ਸੀਰੀਜ਼ ਜ਼ਰੂਰ ਬਾਇ ਕਰ ਲੋ ਯਾਰ ਟੈਸਟ ਸੀਰੀਜ਼ ਜ਼ਰੂਰ ਬਾਇ ਕਰੋ ਯਾਰ ਪੀਪੀਐਸਸੀ ਵਾਲੇ ਟੈਸਟ ਸੀਰੀਜ਼ ਮਸਟ ਹੈ ਪੈਚ ਲੈਣਾ ਨਹੀਂ ਲੈਣਾ ਤੁਹਾਡੇ ਉੱਤੇ ਟੈਸਟ ਸੀਰੀਜ਼ ਜ਼ਰੂਰ ਬਾਇ ਕਰਨੀ ਹੈ ਤਾਂ ਇਹ ਤੁਹਾਨੂੰ ਦੱਸਤਾ ਕੋਡ ਵੀ ਤੁਹਾਡੇ ਸਾਹਮਣੇ ਹੈ Y383Y383 ਸਸਤਾ ਕਰਨ ਨੂੰ ਵੀ ਫੁੱਟ ਤੁਹਾਡੇ ਹੱਥ ਚ ਦੱਸੋ ਕੁਐਸਚਨ ਕੁਐਸਚਨ ਕੀ ਪੁੱਛਦੇ ਨੇ ਨਹੀਂ ਨਹੀਂ ਰੇਸ਼ਮ ਕੋਰ Y 3.83 ਨਹੀਂ ਹੈ Y 383 ਇਕੱਠਾ ਹੀ ਹੈ Y 383 ਕਹਿੰਦਾ ਜੀ Y 38 Y 3 ਨਹੀਂ Y 383 Y 383 ਬਾਕੀ ਤੁਸੀਂ ਕੋਡ ਲਾਉਂਗੇ ਬਾਕੀ ਕੋਈ ਵੀ ਕੋਡ ਹੋਗਾ ਤਾਂ ਤੁਹਾਨੂੰ 75% ਆਫ ਪਾਉਗਾ ਇਹ ਤੋਂ 78 ਤੱਕ ਪਹੁੰਚ ਜਾਂਦਾ ਠੀਕ ਹੈ ਨਾਲੇ ਜੀ ਕੱਲ ਜ਼ਰੂਰ ਜੁੜਨਾ ਹੈ ਕੱਲ ਜੁੜਨਾ ਕਿੰਨੇ ਵਜੇ ਕੱਲ ਜੁੜਨਾ ਹੈ ਸਵੇਰੇ 10 ਵਜੇ ਜੁੜਨਾ ਹੈ ਕਰੰਟ ਅਫੇਅਰ ਦੀ ਕਲਾਸ 'ਚ ਕਿੱਥੇ ਪੰਜਾਬ ਅਡਾ 247 ਤੇ ਆਪਾਂ ਕਰਨ ਕੀ ਜਾ ਰਹੇ ਆ ਆਪਾਂ ਕਰਨ ਜਾ ਰਹੇ ਆ ਜਨਵਰੀ 9 ਤੋਂ ਜਨਵਰੀ 15 ਦੇ ਕਰੰਟ ਅਫੇਅਰ ਬੈਸਟ ਕਰੰਟ ਅਫੇਅਰ ਤੇ ਪੀਡੀਐਫ ਲਈ ਦੁਬਾਰੇ ਕਹਨਾ ਪੰਜਾਬ ਅਡਾ 24 ਸੋਰੀ ਅਡਾ 247 ਦੀ ਜਿਹੜੀ ਐਪ ਹੈ ਉਹ ਡਾਊਨਲੋਡ ਕਰ ਲਓ ਪੀਡੀਐਫ ਉੱਥੇ ਹੀ ਮਿਲੂਗੀ ਠੀਕ ਹੈ ਜੀ ਚਲੋ ਜੀ ਸਤਿ ਸ਼੍ਰੀ ਅਕਾਲ 올 द बेस्ट ਧਿਆਨ ਰੱਖੋ